ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਕ ਇਹੋ ਜਿਹੇ ਸ਼ਖਸ ਦੇ ਨਾਲ ਗੁਰਸਿੱਖ ਪਿਆਰੇ ਦੇ ਨਾਲ ਤੁਹਾਨੂੰ ਮਿਲਵਾਉਣਾ ਹੈ ਜਿਹੜੇ ਕਿ ਇੱਕ ਸਰੰਗੀ ਮਾਸਟਰ ਵੀ ਹੈ ਔਰ ਨਾਲ ਦੀ ਨਾਲ ਸਰੰਗੀਆਂ ਬਣਾਉਂਦੇ ਵੀ ਹੈ ਸਰੰਗੀਆਂ ਦੇ ਵਿੱਚ ਕੀ ਕੀ ਬਣਾਉਂਦੇ ਆ ਖੁਦ ਦੱਸਣਗੇ ਔਰ ਭਾਈ ਸਾਹਿਬ ਭਾਈ ਗੁਰਪ੍ਰਤਾਪ ਸਿੰਘ ਜੀ ਸੁੱਗਾ ਜੋ ਇੱਕ ਉੱਗੇ ਟਾੜੀ ਨੇ ਦਲਬਾਬਾ ਬਿੱਦੀ ਚੰਦੇ ਉਹਨਾਂ ਦੇ ਵਿੱਚ ਸਰੰਗੀ ਮਾਸਟਰ ਐਜ਼ ਇੱਕ ਸਰੰਗੀ ਮਾਸਟਰ ਸੇਵਾ ਨਿਭਾ ਰਹੇ ਨੇ ਸਾਰੀ ਗੱਲਬਾਤ ਕਰਾਂਗੇ ਕਿ ਇੱਕ ਸਰੰਗੀ ਮਾਸਟਰ ਤੋਂ ਸਰੰਗੀਆਂ ਬਣਾਉਣ ਵਾਲਾ ਕਿਵੇਂ ਆਏ ਸਾਰੀ ਗੱਲਬਾਤ ਕਰਦੇ ਆਂ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਸੋਹਣੀ ਲੱਗਦੀ ਹੈ ਜਦੋਂ ਤੁਸੀਂ ਸਰੰਗੀ ਵਜਾਉਂਦੇ ਹੋ ਜਦੋਂ ਤੁਸੀਂ ਸਟੇਜ ਦੇ ਉੱਪਰ ਸਰੰਗੀ ਵਜਾਉਂਦੇ ਹੋ ਤਾਂ ਹੋਰ ਵੀ ਜ਼ਿਆਦਾ ਚਚਦਾ ਹੈ ਕਦੋਂ ਤੋਂ ਸ਼ੁਰੂਆਤ ਇਹ ਤੁਹਾਡੀ ਹੋਈ ਸਰੰਗੀ ਸਿੱਖਣ ਦੀ ਇਹ ਤੁਹਾਨੂੰ ਪਰਿਵਾਰ ਦੇ ਵਿੱਚੋਂ ਮਿਲਿਆ ਕਿ ਜਾਂ ਮਨ 'ਚ ਸ਼ੌਂਕ ਆਇਆ ਕਿ ਸਰੰਗੀ ਸਿੱਖਣੀ ਹੈ ਨਹੀਂ ਜੀ ਪਰਿਵਾਰ ਦੇ ਵਿੱਚ ਤਾਂ ਕੋਈ ਨਹੀਂ ਸੀ ਵਜਾਉਂਦਾ ਇਸ ਕੰਮ ਦਾ ਮਤਲਬ ਵੀ ਨਾ ਤੇ ਕੋਈ ਕਵੀਸ਼ ਸੀ ਨਾ ਕੋਈ ਢਾਡੀ ਸੀ ਪੜ੍ਹਾਈ ਕਰਕੇ ਫ੍ਰੀ ਹੋਏ ਆ ਤੇ ਉਸ ਤੋਂ ਬਾਅਦ ਚੋਂ ਜਿਵੇਂ ਬੰਦਾ ਫ੍ਰੀ ਹੁੰਦਾ ਵਾ ਉਸ ਤੋਂ ਬਾਅਦ ਚੋਂ ਫਿਰ ਗੁਰਸਿੱਖ ਪਿਆਰੇ ਮਿਲੇ ਨੇ ਕਵਿਸ਼ੀ ਸ਼ੁਰੂ ਕੀਤੀ ਪਿੰਡ ਦੇ ਵਿੱਚ ਇੱਕ ਦੋ ਦੋ ਆਨ ਲਾਇਆ ਫਿਰ ਪਿਆਰ ਵਾਲੇ ਸੱਜਣ ਮਿਲੇ ਸੀ ਜਿਹੜੇ ਟਾੜੀ ਕਲਾ ਨੂੰ ਵੀ ਪਸੰਦ ਕਰਦੇ ਸੀ ਟਾੜੀ ਕਲਾ ਦੀ ਨੌਲਜ ਵੀ ਰੱਖਦੇ ਸੀ ਤੇ ਕਵੀਸ਼ਰ ਕਲਾ ਦੀ ਵੀ ਫਿਰ ਸੱਜਣਾਂ ਨੇ ਕਿਹਾ ਵੀ ਤੂੰ ਨਾਲ ਸਰੰਗੀ ਸਿੱਖਲਾ ਟਾਈਮ ਤੇਰੇ ਕੋਲ ਹੁੰਦਾ ਵਾ ਜੀ ਜੀ ਵੀ ਤੂੰ ਸਿੱਖ ਸਕਦਾ ਜਾਂ ਇਦਾਂ ਕੋਈ ਉਤਸ਼ਾਹਤ ਕੀਤਾ ਹਲਾਸ਼ੇਰੀ ਦਿੱਤੀ ਕਿਸਿਆਣਿਆਂ ਨੇ ਜੀ ਜੀ ਫਿਰ ਮੈਂ ਨੂੰ ਸਿਆਣੇ ਸੱਜਣ ਮਿਲੇ ਤੇ ਜਿਵੇਂ ਟਾੜੀ ਇੱਥੇ ਮਤਲਬ ਸੋਨੇ ਤੇ ਫਿਰ ਟਾੜੀ ਸਿੰਘਾਂ ਨੂੰ ਮਤਲਬ ਮਿਲਿਆ ਟਾੜੀ ਜਥਾ ਭਾਈ ਗੁਰਪ੍ਰ ਗਿਆਨ ਇਸਤਰਾਮ ਸਿੰਘ ਜੀ ਲਾਲੂ ਘੁਮਣ ਸੀ ਇੱਥੇ ਆਉਂਦੇ ਹੁੰਦੇ ਸਾਡੇ ਲਾਗੇ ਨਗਰ ਚ ਉਹਨਾਂ ਨਾਲ ਮਿਲੇ ਉਹਨਾਂ ਨੇ ਸਾਨੂੰ ਸੁਝਾਅ ਦਿੱਤਾ ਵੀ ਕੋਈ ਗੱਲ ਨਹੀਂ ਉਹਨਾਂ ਨੂੰ ਅਸੀਂ ਕਿਹਾ ਵੀ ਸਾਨੂੰ ਵੀ ਇਹ ਸਿਖਾਓ ਉਹਨਾਂ ਨੇ ਕਿਹਾ ਤੁਹਾਨੂੰ ਕੋਈ ਨਹੀਂ ਸਾਜ ਲੈ ਦੇ ਦਾਂਗੇ ਜੀ ਜੀ ਇੱਥੋਂ ਫਿਰ ਉਹਨਾਂ ਨੂੰ ਮਿਲੇ ਉਹਨਾਂ ਨੇ ਸਾਨੂੰ ਉਤਸ਼ਾਹਤ ਕੀਤਾ ਸਾਜ ਵੀ ਲੈ ਕੇ ਦਿੱਤਾ ਸੈਕੰਡ ਹੈਂਡ ਸਰੰਗੀ ਲੈ ਕੇ ਦਿੱਤੀ ਪੁਰਾਣੀ ਜੀ ਫਿਰ ਸਾਹਿਬ ਭਾਈ ਸਤਨਾਮ ਸਿੰਘ ਜੀ ਲਾਲੂ ਕੋਲ ਉਹਨਾਂ ਨੇ ਉਹਦੇ ਨਗਰ ਦੇ ਵਿੱਚ ਸੀ ਕਿਸੇ ਕੋਲ ਪੁਰਾਣੀ ਸੀ ਉਹਨਾਂ ਨੇ ਸਾਨੂੰ ਲੈ ਦਿੱਤੀ ਅੱਛਾ ਜੀ ਤੇ ਫਿਰ ਉੱਥੋਂ ਸਾਡੀ ਤੋਰ ਤੁਰ ਗਈ ਫਿਰ ਬਹੁਤ ਹੀ ਵਧੀਆ ਉਸਤਾਦ ਨੇ ਉਹਨਾਂ ਨੇ ਮੇਲ ਕਰਵਾਇਆ ਉਹਨਾਂ ਨੇ ਸਾਡੇ ਜੀ ਜੀ ਪਹਿਲਾਂ ਸੋਲ ਸਾਹਿਬ ਦੇ ਸਾਥੀ ਲਖਵਿੰਦਰ ਸਿੰਘ ਸੋਲ ਸਾਹਿਬ ਦੇ ਸਾਥੀ ਗਿਆਨੀ ਦਰਬਾਖ ਸਿੰਘ ਜੀ ਸਰੰਗੀ ਮਾਸਟਰਪਾਈ ਦਰਬਾਖ ਸਿੰਘ ਜੀ ਉਹਨਾਂ ਤੋਂ ਸ਼ੁਰੂ ਹੋਇਆ ਮੈਂ ਜੀ ਫਿਰ ਉਸ ਤੋਂ ਬਾਅਦ ਚ ਉਹਨਾਂ ਦੇ ਅਮਰੀਕਾ ਦੇ ਟੂਰ ਸੀ ਅਮਰੀਕਾ ਦੇ ਵਿਜੇ ਲੱਗੇ ਸੀ ਉਹਨਾਂ ਨੇ ਫਿਰ ਜਾਣਾ ਹੁੰਦਾ ਸੀ ਉਸ ਤੋਂ ਬਾਅਦ ਉਹ ਚਲੇ ਗਏ ਤੇ ਉਸ ਤੋਂ ਬਾਅਦ ਚ ਉਹਨਾਂ ਨੇ ਮੇਰਾ ਕੰਟੈਕਟ ਕਰਵਾ ਕੇ ਤਿਆ ਮੇਰੇ ਸਤਕਾਰਯੋਗ ਉਸਤਾਦ ਗਿਆਨੀ ਗੁਰਵੀਰ ਸਿੰਘ ਜੀ ਕਿਰਿਆਲੇ ਵਾਲਿਆਂ ਨਾਲ ਜਿਨ੍ਹਾਂ ਦੇ ਨਾਲ ਹੁਣ ਸਾਥੀ ਸ੍ਰਾਮ ਸਿੰਘ ਲਾਲੂ ਘੁੰਮਣ ਸਾਹਿਬ ਦੇ ਸਾਥੀ ਨੇ ਉਹ ਸਰੰਗੀ ਦੀ ਸੇਵਾ ਕਰਦੇ ਫਿਰ ਉਥੇ ਮੈਂ ਇਹ ਸਰੰਗੀ ਦੀ ਵਿਦਿਆ ਹਾਸਲ ਕੀਤੀ ਇਹ ਉਕੋਂ ਮੈਨੂੰ ਕੋਈ 2.5 ਮਹੀਨੇ ਮੈਂ ਉੱਥੇ ਉਹਨਾਂ ਕੋਲ ਲਗਾਤਾਰ ਗਿਆ ਜੀ ਤੇ ਉਹਨਾਂ ਨੇ ਮੈਨੂੰ ਕੁਝ ਥੋੜੀਆਂ ਬਤੀਆਂ ਚੀਜ਼ਾਂ ਕਰਵਾ ਕੇ ਤੇ ਸਟੇਜ ਵੱਲ ਤੋਰਿਆ ਹੋਰ ਕਿੰਨਾ ਸਮਾਂ ਲੱਗਾ ਤੁਹਾਨੂੰ ਜੋ ਇਸ ਸਰੰਗੀ ਸਿੱਖਣ ਦੇ ਵਿੱਚ ਜਿੱਦਾਂ ਤੁਹਾਨੂੰ ਭਾਈ ਸਾਹਿਬ ਭਾਈ ਸੁਨਾਮ ਸਿੰਘ ਜੀ ਲਾਲੂ ਕੁਮਨ ਉਹਨਾਂ ਨੇ ਸਰੰਗੀ ਲੈਤੀ ਉਸ ਤੋਂ ਬਾਅਦ ਕਿੰਨਾ ਸਮਾਂ ਲੱਗਿਆ ਤੁਹਾਨੂੰ ਪੂਰਾ ਇਹਦੇ ਵਿੱਚ ਪਰਪੱਕ ਹੋਣ ਦੇ ਵਿੱਚ ਪਰ ਪ੍ਰਪੱਕ ਤੇ ਚਲੋ ਜੀ ਅਜੇ ਵੀ ਨਹੀਂ ਆ ਅਜੇ ਵੀ ਸਿੱਖ ਰਹੇ ਆ ਬਾਕੀ ਜਿਹੜਾ ਸਟੇਜ ਦਾ ਸਫਰ ਹੀ ਸਰੰਗੀ ਲੈਣ ਤੋਂ ਬਾਅਦ ਸਟੇਜ ਦਾ ਸਫਰ 1 ਸਾਲ ਲੱਗ ਗਿਆ ਸੀ ਮਤਲਬ ਕੁਝ ਟਾਈਮ ਉਧਰ ਜਾਂਦੇ ਰਹੇ ਕਿਉਂਕਿ ਉਹਨਾਂ ਦੇ ਦੀਵਾਨ ਬਹੁਤ ਹੁੰਦੇ ਸੀ ਸੋਲ ਸਾਹਿਬ ਦੇ ਉਸਤਾਦ ਦਲਬਖ ਸਿੰਘ ਜੀ ਉਹਨਾਂ ਦੇ ਉਹਨਾਂ ਕੋਲ ਜਾਣਾ ਮੈਂ ਫਿਰ ਉਹਨਾਂ ਕੋਲ ਸਮਾਂ ਘੱਟ ਮਿਲਦਾ ਸੀ ਉਹਨਾਂ ਕੋਲ ਜਾਇ ਇਹ ਕਰਕੇ ਉਹ ਫਿਰ ਬਾਹਰ ਚਲੇ ਗਏ ਉਸ ਤੋਂ ਬਾਅਦ ਚ 2.5 ਮਹੀਨੇ ਮੈਨੂੰ ਲੱਗੇ ਜਦੋਂ ਪ੍ਰੋਪਰ ਮੈਂ ਮਤਲਬ ਪੂਰਾ ਜੋਰ ਲਾ ਕੇ ਆਪਣਾ ਮਿਹਨਤ ਕੀਤੀ 2.5 ਮਹੀਨਿਆਂ ਦੇ ਵਿੱਚ ਮੈਂ ਸਟੇਜ ਤੇ ਆਇਆ ਫਿਰ ਉਸਤਾਦ ਗੁਰਵੀਰ ਸਿੰਘ ਜੀ ਉਹਨਾਂ ਨੇ ਜਿਹ ਦਲ ਬਾਬਾ ਬੀਦੀ ਚੰਦ ਤੁਹਾਡੇ ਜਥੇ ਦੇ ਨਾਲ ਲੱਗਦਾ ਹੈ ਔਰ ਤੁਸੀਂ ਦਲ ਬਾਬਾ ਬੀਦੀ ਚੰਦ ਦੇ ਵਿੱਚ ਆਮ ਦੇਖੇ ਜਾਂਦੇ ਹੋ ਕੀ ਕਾਰਨ ਹੈ ਤੁਸੀਂ ਉੱਥੇ ਵੀ ਰਹਿੰਦੇ ਰਹੇ ਹੋ ਪਹਿਲਾਂ ਹਾਂਜੀ ਜਿਹੜਾ ਦਲ ਬਾਬਾ ਬੀਦੀ ਚੰਦ ਸੇ ਮੇਰਾ ਸਾਹਿਬ ਦਾ ਜਨਮ ਹੀ ਮਹਾਪੁਰਖਾਂ ਨੇ ਕਿਰਪਾ ਕੀਤੀ ਬਾਬਾ ਦਾਇਆ ਸਿੰਘ ਜੀ ਮੇਰਾ ਜਨਮ ਉਹਨਾਂ ਦੇ ਆਸ਼ੀਰਵਾਦ ਨਾਲ ਹੋਇਆ ਉਸ ਤੋਂ ਬਾਅਦ ਤੋਂ ਮੇਰੇ ਪਿਤਾ ਜੀ ਸ਼ੁਰੂ ਤੋਂ ਕੰਮ ਹੀ ਉੱਥੇ ਉਹਨਾਂ ਨੇ ਸਿੱਖਿਆ ਰਾਜ ਮਿਸਤਰੀ ਠੇਕੇਦਾਰ ਨੇ ਉੱਥੋਂ ਉਹਨਾਂ ਨੇ ਸਿੱਖਿਆ ਸਾਡਾ ਪਰਿਵਾਰ ਜਿਹੜਾ ਮਹਾਪੁਰਖਾਂ ਦਾ ਸੇਵਕ ਹੈ ਛੇ ਪਰਿਵਾਰ ਹੈ ਅਸੀਂ ਮਾਹ ਬੁਰਖਾਂ ਦੇ ਸਰਦਾ ਲੋ ਸ਼ੁਰੂ ਤੋਂ ਰਹੇ ਆ ਤੇ ਬਾਬਾ ਜੀ ਕੋਲ ਡੈਡ ਜੀ ਕੰਮ ਕਰਦੇ ਸਨ ਜੋ ਦਵਾਨਾ ਲੰਗਰਾ ਮਤਲਬ ਵੱਡੀਆਂ ਬਿਲਡਿੰਗਾਂ ਬਾਬਾ ਜੀ ਕੋਲ ਉਹ ਡੈਡ ਜੀ ਉਹਨਾਂ ਨੇ ਫੋਰਮੈਨ ਮਤਲਬ ਮੁੱਖ ਸੇਵਾਦਾਰ ਉੱਥੇ ਕਰਕੇ ਸੇਵਾ ਕੀਤੀ ਉੱਥੇ ਜਿੰਨੇ ਵੀ ਮਿਸਤਰੀ ਦੀ ਤੇ ਉਸ ਤੋਂ ਬਾਅਦ ਉੱਥੇ ਜਾਣਾ ਆਉਣਾ ਤਾਂ ਹੈ ਹੀ ਸੀ ਜਿੱਦਨ ਮੈਂ ਸਰੰਗੀ ਸਿੱਖੀਦੀ ਤੇ ਮੈਂ ਮਿਲ ਜਾਣਾ ਡੈਡ ਜੀ ਉਹਨਾਂ ਨਾਲ ਜਾਣਾ ਉੱਥੇ ਸੇਵਾ ਵੀ ਕਰਨੀ ਤੇ ਪੁੱਛਣਾ ਵੀ ਚੰਗੀ ਸਿੰਘ ਕੀ ਕਰਦਾ ਠੀਕ ਮਿਸਤਰੀ ਸਾਹਿਬ ਤੇ ਮੈਂ ਬਾਬਾ ਜੀ ਨੂੰ ਉਹਨਾਂ ਨੇ ਦੱਸਿਆ ਵੀ ਮੈਂ ਤੇ ਆਖਿਆ ਵੀ ਮੈਂ ਉਹ ਦੇ ਨਾਲੀ ਲਾਲੀ ਨਾ ਤੇ ਇਹ ਕਹਿੰਦਾ ਕਿ ਮੈਂ ਸਰੰਗੀ ਸਿੱਖਣੀ ਆ ਫਿਰ ਬਾਬਾ ਜੀ ਬੜੇ ਖੁਸ਼ ਹੋ ਗਏ ਵਾਬੀ ਸਾਡਾ ਢਾਡੀ ਸਿੰਘ ਆ ਗਿਆ ਫਿਰ ਤੇ ਸਾਡਾ ਜਥਾ ਬਣ ਜੂਗਾ ਬਾਬਾ ਜੀ ਨੇ ਪਿਆਰ ਦੇ ਨਾਲ ਉਦੋਂ ਹੀ ਕਹਿ ਗਏ ਤੇ ਫਿਰ ਮੈਂ ਜਾਣਾ ਤੇ ਦੋਆਂ ਕਿ ਮਹੀਨੇ ਬਾਅਦ ਫਿਰ ਗਿਆ ਤੇ ਬਾਬਾ ਜੀ ਕਹਿਣਾ ਬਾਬਾ ਜੀ ਮੈਨੂੰ ਕਹਿੰਦਾ ਵੀ ਸਾਨੂੰ ਵੀ ਸਰੰਗੀ ਸੁਣਾ ਕੇ ਜਾ ਚੰਗੀ ਸਿੰਘਾ ਤੇ ਮੈਂ ਸੰਗ ਦੇ ਨਾ ਜਾਣਾ ਇਹਨੇ ਦੋ ਤਿੰਨ ਰੇ ਮੈਂ ਮੱਥੇ ਨਾ ਲੱਗਿਆ ਮਤਲਬ ਵੀ ਮਹੀਨੇ ਸਿੱਟ ਮਹੀਨੇ ਬਾਅਦ ਵੀ ਬਾਬਾ ਜੀ ਨੇ ਮੈਨੂੰ ਕਹਿਣਾ ਤਾਂ ਮੈਨੂੰ ਤੇ ਅਜੇ ਆਉਂਦਾ ਕੁਝ ਨਹੀਂ ਆ ਫਿਰ ਦੂਜੀ ਤੀਜੀ ਨਾ ਮਿਲੇ ਤੇ ਡੈਡੀ ਜੀ ਨੂੰ ਕਿਹਾ ਬਾਬਾ ਜੀ ਅੱਡੇ ਗੋਲ ਪ੍ਰਚੰਗੀ ਸਿੰਘ ਆਇਆ ਨਹੀਂ ਸੁਣਾਉਣ ਬਾਬੇ ਬਤਾਰ ਸਿੰਘ ਜੀ ਉਹਨਾਂ ਨੇ ਖੁਦ ਕਿਹਾ ਤੇ ਡੈਡੀ ਜੀ ਨੇ ਮੈਨੂੰ ਕਿ ਦੱਸਿਆ ਤੇ ਮੈਂ ਥੋੜਾ ਵੱਡਾ ਹੋਇਆ ਜੇਰਾ ਕਰਕੇ ਮੈਂ ਵੀ ਚੱਲ ਜਾਣਾ ਸਰੰਗੀ ਵੀ ਲੈ ਗਿਆ ਬਾਬੇ ਦਇਆ ਸਿੰਘ ਜੀ ਦੀ ਪਹਿਲੀ ਵਰਸੀ ਤੋਂ ਪੰਜ 10 ਦਿਨ ਦੀ ਪਹਿਲਾਂ ਦੀ ਗੱਲ ਹੈ ਅੱਛਾ ਜੀ ਹਾਂ ਜੀ ਤੇ ਦਿਵਾਨ ਲੱਗੇ ਸੀ ਮਤਲਬ ਬਾਬਾ ਜੀ ਬੈਠੇ ਨੇ ਸੰਗਤਾਂ ਦੇ ਨਾਲ ਤੇ ਮੈਂ ਵੀ ਚੱਲ ਗਿਆ ਉੱਥੇ ਜਾ ਕੇ ਸਰੰਗੀ ਲੈ ਕੇ ਅੱਛਾ ਜੀ ਤੇ ਬਾਬਾ ਜੀ ਕਹਿੰਦੇ ਵੀ ਸੁਣਾਉ ਸਰੰਗੀ ਮੈਂ ਸੁਨਾਈ ਰੰਗੀ ਬਾਬਾ ਜੀ ਬੜੇ ਖੁਸ਼ ਹੋਏ ਨਾਲ ਕਬੀਤ ਸੁਣਾਇਆ ਜਿੰਨਾ ਕਿ ਮੈਨੂੰ ਆਉਂਦਾ ਸੀ ਬਾਬਾ ਜੀ ਖੁਸ਼ ਹੋ ਕੇ ਆਂਦੇ ਵੀ ਨਾਲ ਦੇ ਸਿੰਘ ਵੀ ਕਰੀਏ ਤਿਆਰ ਤੇ ਜਥਾ ਬਣਾਈਏ ਤੇ ਆਜੋ ਦਰਚ ਜਥਾ ਦੇ ਉਦਣ ਹੀ ਬਣ ਗਿਆ ਮਹਾਂਪੁਰਖ ਨੇ ਆਪ ਹੀ ਕਿਰਪਾ ਕਰਤੀ ਤੇ ਫਿਰ ਮੈਂ ਨਾਲ ਦੇ ਸਿੰਘਾਂ ਨੂੰ ਕਿਹਾ ਵੀ ਬਾਬਾ ਜੀ ਨੇ ਜਤ ਕੀਤੀ ਉਹ ਵੀ ਸੰਗਦੇ ਸੀ ਫੀ ਏਡੀ ਵੱਡੀ ਸਾਨੂੰ ਸਟੇਜ ਮਿਲ ਜਾਣੀ ਜਾਂਦੀ ਐ ਇਹਨਾਂ ਨੂੰ ਹੀ ਪਤਾ ਵੀ ਹਜੂਰੀ ਜਥਾ ਬਣ ਜਣਾ ਇਹ ਨਹੀਂ ਹੀ ਪਤਾ ਦਰਚ ਆਉਣ ਜਾਣ ਸੀ ਮਹਾਂਪੁਰਖਣ ਆਉਣ ਜਾਣ ਸੀ ਨੇ ਨੇੜ ਤਾਂ ਬਾਬਾ ਜੀ ਨੇ ਆਪ ਹੀ ਕਰਾਈ ਸ਼ਾਰੀ ਤੇ ਜਿਆਦਾ ਲੈ ਕੇ ਫਿਰ ਹਾਜ਼ਰ ਹੋ ਗਏ ਗੁਰਪ੍ਰਤਾਸ ਉਹਨੂੰ ਮਤਲਬ ਉਹ ਵੀ ਅਜੇ ਸ਼ੁਰੂਆਤ ਹੀ ਹੋਈ ਸੀ ਇਹਨੂੰ ਵੀ ਆਖਿਆ ਮੈਂ ਵੀ ਆਪਾਂ ਚੱਲ ਜੀ ਹੁਣ ਤੇ ਸਾਰੇ ਸਿੰਘ ਇਕੱਠੇ ਕਰਕੇ ਲੈ ਗਏ ਬਾਬਾ ਜੀ ਬੈਠੇ ਲੰਗਰ ਦੇ ਵਿੱਚ ਵਿਵੇਕ ਦੇ ਲੰਗਰ ਦੇ ਵਿੱਚ ਬੈਠੇ ਤੇ ਉੱਥੇ ਸੁਣਾਇਆ ਉੱਥੇ ਹੀ ਦੁਆਨ ਲਾਤਾ ਬਾਬਾਈ ਨੇ ਦੋ ਤਿੰਨ ਕਵਿਤਾ ਸੁਣਾਈਆਂ ਸਾਨੂੰ ਥੋੜੀ ਜਿਹੀ ਮਾਇਆ ਵੀ ਹੋਈ ਸਾਨੂੰ ਤੇ ਉੱਚਾ ਚੜ ਗਿਆ ਵੀ ਮਾਇਆ ਵੀ ਲਾਲਚ ਮੰਦ ਦੇ ਵਿੱਚ ਹੋ ਗਿਆ ਤੇ ਬੜੇ ਖੁਸ਼ੇ ਮਾਹਪੁਰ ਖਣੇ ਦਿੱਤੇ ਵੀ ਆਂਦੇ ਵੀ ਹੁਣ ਚੜ੍ਹਦੀ ਗਲਾ ਤੇ ਚੋਲੇ ਤੁਹਾਨੂੰ ਸਵੇਰੇ ਦਹੀਂ ਕੁੜਤੇ ਪਜਾਮਾ ਚ ਗਏ ਆ ਤੇ ਬਾਬਾ ਜੀ ਨੇ ਸਾਨੂੰ ਉੜ ਕੇ ਸਵੇਰੇ ਚੋਲੇ ਪ੍ਰ ਇਸ ਗੱਲ ਨੂੰ ਤੁਸੀਂ ਮੰਨਦੇ ਹੋ ਕਿ ਮਾਹਪੁਰਖਾਂ ਦੀ ਕਿਰਪਾ ਤੇ ਸਦਕਾ ਹੀ ਤੁਸੀਂ ਸਰੰਗੀ ਮਾਸਟਰ ਬਣੇ ਹੋ ਤੇ ਮਾਹਪੁਰਖਾਂ ਦੀ ਕਿਰਪਾ ਤੇ ਸਦਕਾ ਹੀ ਅੱਜ ਤੁਸੀਂ ਸਰੰਗੀਆਂ ਤਿਆਰ ਕਰਕੇ ਵਿਦੇਸ਼ਾਂ-ਵਿਦੇਸ਼ਾਂ 'ਚ ਭੇਜ ਰਹੇ ਹੋ ਮਾਹਪੁਰਖਾਂ ਦੀ ਕਿਰਪਾ ਦੇ ਨਾਲ ਹੀ ਸਾਰਾ ਕੁਝ ਹੋਇਆ ਜੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਮਾਹਪੁਰਖਾਂ ਦੀ ਕਿਰਪਾ ਨਾਲ ਹੀ ਸਾਰਾ ਕੁਝ ਹੋਇਆ ਉਸ ਤੋਂ ਬਿਨਾਂ ਮੈਂ ਸਮਝਦਾ ਕੁਝ ਵੀ ਨਹੀਂ ਜੀ ਮਾਹਪੁਰਖਾਂ ਨੇ ਕਿਰਪਾ ਕੀਤੀ ਆ ਫਿਰ ਮਾਹਪੁਰਖਾਂ ਨੇ ਕਿਰਪਾ ਕੀਤੀ ਆ ਵੀਰੋ ਮੈਂ ਸਾਜ ਆ ਬਣਾ ਕੇ ਦਿਖਾਇਆ ਇੱਕ ਮੈਂ ਬਣਾਏ ਆ ਆਪਦੇ ਸ਼ੌਂਕ ਵਜੋਂ ਸੀ ਪਰ ਇਹ ਬਾਅਦ 'ਚ ਮੈਨੂੰ ਨਹੀਂ ਪਤਾ ਮੇਰਾ ਪੇਸ਼ਾ ਬਣ ਜਾ ਸ਼ੌਂਕ ਦੇ ਨਾਲ ਮੇਰਾ ਨਾਮ ਹੀ ਐਸੇ ਨਹੀਂ ਹੋਰ ਵਦਨਾ ਵਾ ਮੈਨੂੰ ਨਹੀਂ ਪਤਾ ਮੈਂ ਤਾਂ ਸਿਰਫ ਆਪਦੇ ਆਸਤੇ ਇਹ ਇੱਕ ਦੋ ਸਾਜ਼ ਤਿਆਰ ਕਰਿਆ ਕਰੂੰਗਾ ਆਪਦੇ ਵਾਸਤੇ ਸ਼ੌਂਕ ਵਾਸਤੇ ਜਦੋਂ ਮੈਨੂੰ ਲੋੜ ਸੀ ਮੈਂ ਕਰਿਆ ਕਰੂੰਗਾ ਪਰ ਬਾਅਦ ਦੇ ਵਿੱਚ ਮਾਹਪੁਰਖਾਂ ਨੇ ਜਦੋਂ ਮੈਂ ਵਿਖਾਇਆ ਇੱਕ ਸਾਜ਼ ਵਿਖਾਇਆ ਤੇ ਆਂਦੇ ਵੀ ਹੁਣ ਸਾਨੂੰ ਵੀ ਬਣਾ ਕੇ ਦਿਓ ਉਹ ਮਾਹਪੁਰਖਾਂ ਨੇ ਐਸੀ ਕਿਰਪਾ ਕੀਤੀ ਉਹਨਾਂ ਨੂੰ ਬਣਾਉਣ ਕੇ ਦਿੱਤਾ ਇੱਕ ਸਾਜ਼ ਉਸ ਤੋਂ ਬਾਅਦ ਚੋਂ ਸਾਬਣਾ ਪਤਾ ਨਹੀਂ ਕਿੰਨੇ ਢਾਡੀ ਸਿੰਘਾਂ ਨੂੰ ਬਣਾ ਕੇ ਦਿੱਤਾ ਇਹ ਮਾਹਪੁਰਖਾਂ ਦੀ ਕਿਰਪਾ ਉਹਨਾਂ ਨੇ ਸਾਜ਼ ਆਪਦੇ ਲਈ ਇੱਕ ਮੰਗਵਾਇਆ ਉਹ ਕੋਈ ਬਹਾਨਾ ਸੀ ਵੀ ਹੋਰ ਵੀ ਜਤਿਆਂ ਨੂੰ ਵੀ ਸਾਜ਼ ਦੇਣਾ ਸੀ ਤੇ ਮੁਰਗੇ ਢੱਡਾਂ ਪੇਸ਼ ਕੀਤੀਆਂ ਬਣਾ ਕੇ ਵੀ ਮਾਂ ਬੁਰਖਵਾ ਢੱਡਾਂ ਤਿਆਰ ਕੀਤੀਆਂ ਬੜੇ ਖੁਸ਼ੇਵਕਸੀ ਉਹਨਾਂ ਨੇ ਇੱਕ ਸਾਜ ਸਰੰਗੀ ਨੂੰ ਦਿੱਤੀ ਨਾਲ ਬੜੇ ਜਦੋਂ ਜਦੋਂ ਤੁਸੀਂ ਮਾਂ ਮਾਂ ਬੁਰਖਾ ਨੇ ਤੁਹਾਨੂੰ ਅਸੀਸਾਂ ਬਖਸ਼ੀਆਂ ਤੁਹਾਡਾ ਜਥਾ ਬਣ ਗਿਆ ਉਸ ਤੋਂ ਬਾਅਦ ਫਿਰ ਉਹਦੀ ਤੇ ਤੁਸੀਂ ਸਿੱਖਿਆ ਤੁਸੀਂ ਦੱਸ ਰਹੇ ਹੋ ਨਾ ਕਿ ਬਕਰੇ-ਬਕਰੇ ਉਸਤਾਦਾਂ ਦੇ ਕੋਲੋਂ ਤੁਸੀਂ ਲਈ ਹੈ ਜਿਹੜੀ ਇਹ ਸਰੰਗੀ ਬਣਾਉਣ ਦੀ ਸਿੱਖਿਆ ਉਹ ਕਿੱਥੋਂ ਲਈ ਟੱਡ ਜਿਹੜੀਆਂ ਤੁਸੀਂ ਬਣਾਉਂਦੇ ਹੋ ਕਿੱਥੋਂ ਸਿੱਖਿਆ ਲਈ ਇਹ ਮੈਂ ਸੁਲਤਾਨਪੁਰ ਲੋਧੀ ਦੇ ਲਾਗੇ ਨਗਰ ਡੱਲਾ ਸਾਹਿਬ ਉੱਥੋਂ ਸਿੱਖਿਆ ਸੀ ਹਾਂਜੀ ਉੱਥੋਂ ਸਿੱਖਿਆ ਉੱਥੋਂ ਮੈਂ ਕੋਈ ਛੇ ਮਹੀਨੇ ਲਾ ਕੇ ਸਿੱਖਿਆ ਸਾਡੀ ਰਿਸ਼ਤੇਦਾਰੀ ਦੇ ਵਿੱਚ ਸੀ ਉੱਥੋਂ ਪ੍ਰਾਪਤ ਕੀਤੀ ਸਿੱਖਿਆ ਸੀ ਹਾਂਜੀ ਇਹਨਾਂ ਕਿੰਨਾ ਕੁ ਸਮਾਂ ਲੱਗਾ ਤੁਹਾਨੂੰ ਕਿਉਂਕਿ ਇਹ ਬਹੁਤ ਮਹਿੰਗੇ ਸਾਜ਼ ਆ ਕਿਉਂਕਿ ਗੁਰਬਾਣੀ ਦੇ ਵਿੱਚ ਆਪਾਂ ਜਿਵੇਂ ਗੁਰਬਾਣੀ ਦੇ ਲਈ ਮਹਿੰਗਾ ਲਫ਼ਜ਼ ਵਰਤਦੇ ਹਾਂ ਸਾਜ਼ ਵੀ ਇਹ ਮਹਿੰਗੇ ਤੇ ਪੁਰਾਤਨ ਸਾਜ਼ ਹੈ ਇਹਨਾਂ ਦੇ ਲਈ ਤੁਹਾਨੂੰ ਕਿੰਨਾ ਕੁ ਸਮਾਂ ਲੱਗਾ ਵੈਸੇ ਤਾਂ ਕੋਈ ਸ਼ੱਕ ਨਹੀਂ ਇਹ ਅਜੇ ਵੀ ਮੈਂ ਸਿੱਖ ਰਿਹਾ ਹਾਂ ਪਰ ਜਿਹੜਾ ਮੈਂ ਉੱਥੇ ਪ੍ਰੋਪਰ ਰਿਹਾ ਮਤਲਬ ਕਿ ਮੈਂ ਪਹਿਲਾਂ ਲੱਕੜ ਦਾ ਕੰਮ ਵੀ ਸਿੱਖਿਆ ਹੋਇਆ ਰਾਮਗੜੀਏ ਪਰਿਵਾਰ ਦੇ ਨਾਲ ਮੇਰਾ ਸਬੰਧ ਇਸ ਕਰਕੇ ਹਜੇ ਸਾਡੇ ਖੂਨ ਦੇ ਵਿੱਚ ਹੀ ਹੈ ਇਸ 'ਚ ਕੋਈ ਸ਼ੱਕ ਨਹੀਂ ਤੇ ਇਹ ਮੈਂ ਲੱਕੜ ਦਾ ਕੰਮ ਜਾਣਦਾ ਸੀ ਫਿਰ ਉਸਤਾਦ ਜੀ ਨੇ ਮੈਨੂੰ 6 ਮਹੀਨੇ ਮੈਂ ਉਹਨਾਂ ਕੋਲ ਲਾਇਆ ਕਿਉਂਕਿ ਉਹਨਾਂ ਦੇ ਬਾਹਰ ਅੰਦਰ ਦੇ ਗੇੜੇ ਉਹਨਾਂ ਦੇ ਵੀ ਹੁੰਦੇ ਸੀ ਫਿਰ ਉਹਨਾਂ ਕੋਲ ਜਿੰਨਾ ਟਾਈਮ ਮੈਂ 6 ਮਹੀਨੇ ਦੇ ਵਿੱਚ ਉਹਨਾਂ ਕੋਲ ਟ੍ਰੇਨਿੰਗ ਲੈ ਕੇ ਵਾਪਸ ਆ ਗਿਆ ਫਿਰ ਇਹ ਜਦੋਂ ਕੋਈ ਵੀ ਉਸਤਾਦ ਹੁੰਦਾ ਹੈ ਜਿਹੜੇ ਉਹਦੇ ਸ਼ਗਿਰਦ ਹੁੰਦੇ ਆ ਕੋਈ ਸ਼ਗਿਰਦ ਹੁੰਦੇ ਉਹਨਾਂ ਗੱਲ ਜਿੰਦਾ ਇਹ ਮੇਰਾ ਹੁਸ਼ਿਆਰ ਸ਼ਗਿਰਦ ਹੈ ਕੁਝ ਨਲਾਇਕ ਸ਼ਗਿਰਦ ਤੁਸੀਂ ਕਿਹੜੇ ਵਿੱਚ ਹੁੰਦੇ ਸੀ ਇਹ ਤੇ ਉਹੀ ਜਾਣਦੇ ਆਪਾਂ ਤੇ ਬਸ ਇਹਨਾਂ ਵੀ ਉਹਨਾਂ ਦੀ ਰਾਜਕੇ ਸੇਵਾ ਕੀਤੀ ਆ ਥੋੜੇ ਸਮੇਂ ਚ ਉਹਨਾਂ ਤੋਂ ਬਹੁਤਾ ਗੁਣ ਲੈ ਕੇ ਜੀ ਜੀ ਹਾਜ਼ਰ ਹੋ ਗਏ ਤੇ ਉਹੀ ਜਾਣਦੇ ਫਿਰ ਜਿਵੇਂ ਤੁਸੀਂ ਆਪਣੇ ਲਈ ਪਹਿਲੀ ਸਰੰਗੀ ਤੁਸੀਂ ਆਪਣੇ ਲਈ ਬਣਾਈ ਆ ਤੇ ਤੁਸੀਂ ਉਰ ਤੋਂ ਸੰਤੁਸ਼ਟ ਸੀ ਕਿ ਮੈਂ ਜਿੱਦਾਂ ਦੀ ਸਰੰਗੀ ਬੜਨੀ ਚਾਹੀਦੀ ਹੈ ਕਿ ਚੰਗੀ ਕਾਰੀਗਰਦੂ ਕੋਲੋਂ ਮੈਂ ਓਦਾਂ ਦੀ ਬਣਾਈ ਹੈ ਕਿ ਜਾਂ ਕੋਈ ਅੰਤ ਜਿਹੜੇ ਕਹਿੰਦੇ ਆ ਵੀ ਮਨ ਸੰਤੁਸ਼ਟ ਨਹੀਂ ਹੁੰਦਾ ਵੀ ਤੁਹਾਡੀ ਪੂਰੀ ਸੰਤੁਸ਼ਟੀ ਸੀ ਜਦੋਂ ਤੁਹਾਡੀ ਸਰੰਗੀ ਬਣ ਗਈ ਨਹੀਂ ਪੂਰੀ ਸੰਤੁਸ਼ਟੀ ਤੇ ਨਹੀਂ ਪਰ ਜਿਹੜਾ ਆ ਸਰੰਗੀ ਪਹਿਲੀ ਸਰੰਗੀਆਂ ਤੇ ਵਿੱਚੋਂ ਹੀ ਆ ਜਾਂਦੀ ਆ ਜਿਹੜੀ ਮੇਰੇ ਕੋਲ ਆ ਇਹ ਮੇਰੀ ਸੰਤੁਸ਼ਟੀ ਨਹੀਂ ਹੀ ਪੂਰੀ ਪਰ ਜਿਹੜੇ ਜਿਹੜੇ ਮੈਂ ਉਸਤਾਦ ਨੂੰ ਵਿਖਾਈ ਆ ਉਹ ਕਹਿੰਦਾ ਹੀ ਕਿ ਮੈਨੂੰ ਦੇ ਦੇ بس ਇਹ ਕਰਕੇ ਮੈਨੂੰ ਨਹੀਂ ਸਮਝ ਲੱਗਦੀ ਕਿ ਇਹ ਮੇਰੀ ਸੰਤੁਸ਼ਟੀ ਹੈ ਜਾਂ ਨਹੀਂ ਪਰ ਮੈਂ ਤੁਹਾਨੂੰ ਦੱਸ ਰਿਹਾ ਕਿ ਜਿਹੜੇ ਜਿਹੜੇ ਉਸਤਾਦ ਨੇ ਇਸ ਰੰਗੀ ਮੇਰੀ ਵੇਖੀ ਆ ਉਹ ਕਹਿੰਦਾ ਹੈ ਵੀ ਤੂੰ ਜੇ ਪੈਸੇ ਲੈਣੇ ਆ ਤੇ ਪੈਸੇ ਵੀ ਜਿੰਨੇ ਮਰਜ਼ੀ ਲੈ ਲੈ ਪਰ ਇਹ ਰੰਗੀ ਮੈਨੂੰ ਦੇ ਦੇ ਹਾਂ ਜੀ ਅੱਜ ਵੀ ਇਹ ਸਰੰਗੀ ਜਿਹੜਾ ਕੋਈ ਵਜਾਉਂਦਾ ਉਹ ਕਹਿੰਦਾ ਵੀ ਇਹ ਸਰੰਗੀ ਦੇ ਦਿਓ ਇਹ ਕਰਕੇ ਕਹਿੰਦਾ ਮੈਂ ਕੀ ਮੇਰੀ ਇਹ ਪਹਿਲੀ ਸਰੰਗੀ ਆ ਇਹ ਮੈਂ ਬਣਾਈ ਇਹ ਖੁਦ ਆਪ ਵਜਾਉਣਾ ਸੀ ਕੀ ਕਾਰਨ ਸਮਝਦੇ ਹੋ ਕਿ ਤੁਸੀਂ ਸੰਤੁਸ਼ਟ ਨਹੀਂ ਸੀ ਉਸ ਦੇ ਬਾਵਜੂਦ ਵੀ ਤੁਹਾਨੂੰ ਟਾਡੀ ਕਹਿ ਰਿਹਾ ਕਿ ਆਪਣੀ ਸਰੰਗੀ ਮੈਨੂੰ ਦੇ ਦਿਓ ਕੀ ਕਾਰਨ ਇਹਦੇ ਵਿੱਚ ਇਹ ਕਾਰਨ ਇਦਾਂ ਜੀ ਬੰਦਾ ਮੈਂ ਤੇ ਇਸ ਚੀਜ਼ ਨੂੰ ਸਮਝਦਾ ਕਿ ਆਪਣੇ ਕੁਝ ਨਹੀਂ ਪੱਲੇ ਕੁਝ ਨਹੀਂ ਮਤਲਬ ਜੇ ਮੈਂ ਸਿੱਖ ਰਿਹਾ ਹਾਂ ਜੇ ਹੋ ਸਕਦਾ ਮੇਰੇ ਮਨ ਚ ਆ ਜਾਂਦਾ ਵੀ ਨਹੀਂ ਇਹ ਬਹੁਤ ਵਧੀਆ ਸਰੰਗੀ ਬਣ ਗਈ ਹੋ ਸਕਦਾ ਉਹਦੇ ਨਾਲ ਮੇਰੀ ਮਨ ਚ ਹੰਕਾਰ ਆ ਜਾਂਦਾ ਕੁਝ ਇਹ ਚੰਗਾ ਵਾ ਵੀ ਮੇਰੀ ਸੰਤੁਸ਼ਟੀ ਨਹੀਂ ਆ ਉਹਦੇ ਨਾਲ ਮੈਂ ਹੋਰ ਕੋਸ਼ਿਸ਼ ਕਰ ਰਿਹਾ ਕਿ ਮੇਰੀ ਆਪਦੀ ਵੀ ਸੰਤੁਸ਼ਟੀ ਹੋਵੇ ਹੁਣ ਉਸ ਤੋਂ ਬਾਅਦ ਚ ਮੈਂ ਕਿੰਨੇ ਸਾਜ਼ ਤਿਆਰ ਕਰ ਦਿੱਤੇ ਮੈਂ ਕਾਂ ਦੀ ਗਾਂ ਤਬਦੀਲੀ ਸਿੱਖ ਹੀ ਰਿਹਾ ਜੇ ਕੋਈ ਮੇਰੇ ਕੋਲ ਉਸਤਾਦ ਆਉਂਦਾ ਕੋਈ ਚੰਗਾ ਮੈਨੂੰ ਲੱਗਦਾ ਵੀ ਇਹ ਵਾਕਈ ਇਹਦੇ ਚ ਗੁਣ ਹੈਗਾ ਕੋਈ ਬੱਚਾ ਵੀ ਆਉਂਦਾ ਜੇ ਕੋਈ ਕਹਿ ਦਿੰਦਾ ਵੀ ਇੱਥੋਂ ਚੀਜ਼ ਆ ਸਹੀ ਨਹੀਂ ਲੱਗੀ ਮੈਂ ਅਗਲੀ ਸਾਜ਼ ਦੇ ਵਿੱਚ ਬਣਾਉਣ ਦੀ ਕੋਸ਼ਿਸ਼ ਕਰਦਾ ਚੰਗਿਆ ਜ ਕਿੰਨੀਆਂ ਕੁ ਸਰੰਗੀਆਂ ਜਾਂ ਤੁਸੀਂ ਸਾਜ਼ ਬਣਾ ਚੁੱਕੇ ਹੋ ਔਰ ਕਿਹੜੇ ਕਿਹੜੇ ਜਥਿਆਂ ਤੱਕ ਤੁਸੀਂ ਆਪਣੀਆਂ ਜਿਹੜੇ ਸਾਜ਼ ਪਹੁੰਚਾ ਚੁੱਕੇ ਹਾਂ ਜੀ ਮੈਂ ਕੋਈ 30 ਕੁ ਸਰੰਗੀਆਂ ਦੇ ਕਰੀਬੇ ਡੇ ਡੇ ਬਣਾ ਚੁੱਕਿਆ ਹਾਂ ਸਰੰਗੀਆਂ ਕਿੰਨੇ ਸਾਲਾਂ ਦੇ ਵਿੱਚ ਹਮ ਕੋਈ 2-2.5 ਸਾਲਾਂ ਦੇ ਵਿੱਚ ਵਿੱਚ ਹਾਂਜੀ ਹਾਂਜੀ ਠੀਕ ਹੈ ਜੀ ਔਰ ਕਿਹੜੇ ਕਿਹੜੇ ਮੈਂ ਇਹ ਵੀ ਪੁੱਛਿਆ ਤਾਂ ਦੂਸਰਾ ਸਵਾਲ ਮੇਰਾ ਹੈ ਕਿ ਕਿਹੜੇ ਕਿਹੜੇ ਜਥਿਆਂ ਤੱਕ ਤੁਹਾਡੇ ਸਾਜ਼ ਪਹੁੰਚ ਚੁੱਕੇ ਸਾਜ਼ ਮੇਰੇ ਜਿਵੇਂ ਸਰੰਗੀ ਮਾਸਟਰ ਭਾਈ ਸੁਭਾ ਸਿੰਘ 17 ਉਹ ਮਦਰਾ ਮੋਰਾ ਵਾਲੀ ਸਾਹਿਬ ਦੇ ਸਾਥੀ ਨੇ ਜੀ ਜੀ ਉਹਨਾਂ ਦੇ ਉਹਨਾਂ ਨੇ ਵੀ ਮੇਰਾ ਸਾਜ਼ ਵਜਾਇਆ ਹੋਇਆ ਸਰੰਗੀ ਫਿਰ ਟੱਡਾ ਜਿਹੜੀਆਂ ਉਹ ਗਿਆਨੀ ਨਿਰਮਲ ਸਿੰਘ ਜੀ ਨੂਰ ਸਾਹਿਬ ਜੀ ਬਹੁਤ ਵਿਦਵਾਨ ਜੱਥਾ ਤੁਸੀਂ ਜਾਣਦੇ ਹੋ ਉਹਨਾਂ ਨੇ ਵੀ ਵਜਾਇਆ ਉਹਨਾਂ ਦੇ ਜਥੇ ਚ ਵੀ ਵਜ ਰਹੀਆਂ ਵਾ ਫਿਰ ਆਪਣੇ ਏਰੀਏ ਦੇ ਮੌਜੀ ਸਾਹਿਬ ਜੀ ਗਿਆਨੀ ਮਿਲਖਾ ਸਿੰਘ ਜੀ ਮੌਜੀ ਸਾਹਿਬ ਇਹ ਵੀ ਆਪਣੇ ਸਾਜ਼ ਵਜਾ ਰਹੇ ਨੇ ਟੱਡਾ ਤੇ ਗਿਆਨੀ ਸਤਰਾਮ ਸਿੰਘ ਜੀ ਲਾਲੂ ਕੁੰਮਤ ਜਥੇ ਚ ਵੀ ਆਪਣੇ ਸਾਜ਼ ਵਜ ਰਹੇ ਨੇ ਤੇ ਗਿਆਨੀ ਗੁਰਪ੍ਰਤਾਪ ਸਿੰਘ ਪਦਮ ਜੀ ਇਹ ਵੀ ਆਪਣੇ ਸਾਜ਼ ਵਜਾ ਰਹੇ ਨੇ ਮਤਲਬ ਕਿ ਬਹੁਤ ਵਧੀਆ ਵਧੀਆ ਫਿਰ ਇੰਗਲੈਂਡ ਤੱਕ ਆਪਣੇ ਸਾਜ਼ ਵਜ ਰਹੇ ਨੇ ਅਮਰੀਕਾ ਦੇ ਵਿੱਚ ਵੀ ਆਪਣੇ ਗਏ ਹੋਏ ਸਾਜ਼ ਇਥੋਂ ਕੈਨੇਡਾ ਦੇ ਵਿੱਚ ਵੀ ਭੇਜੇ ਹੋਏ ਆ ਜਿੱਥੇ ਜਿੱਥੇ ਢਾਡੀ ਜਗਤ ਹੈ ਢਾਡੀ ਜਗਤ ਨੂੰ ਪਸੰਦ ਕਰਨ ਵਾਲੇ ਲੋਕ ਆ ਉਹ ਵੇਖ ਕੇ ਫਿਰ ਫੋਨ ਵੀ ਕਰ ਦਿੰਦੇ ਆ ਜਾਂ ਜਿਹਨੂੰ ਇਥੋਂ ਕੋਈ ਜਥਾ ਜਾਂਦਾ ਉਹ ਆਪਦੇ ਲਈ ਵੀ ਲੈ ਜਾਂਦੇ ਆ ਤੇ ਅਗਲਾ ਵੀ ਕੋਈ ਮੰਗਾ ਲਿੰਦਾ ਇਦਾਂ ਬਾਹਰ ਅੰਦਰ ਵੀ ਜਾਂਦੇ ਸਾਜ਼ ਆਪਣੇ ਕਿੰਨੀ ਕੁ ਖੁਸ਼ੀ ਹੁੰਦੀ ਆ ਜਦੋਂ ਤੁਹਾਡੇ ਕੈਨੇਡਾ ਅਮਰੀਕਾ ਤੱਕ ਸਾਹਜ ਜਾਂਦੇ ਆ ਕੁਝ ਇਹੋ ਜਿਹੇ ਦਿਨ ਸੀ ਤੁਹਾਨੂੰ ਕਿਸੇ ਨੇ ਕਿਹਾ ਕਿ ਤੂੰ ਯਾਰ ਆ ਕੰਮ ਸਿੱਖ ਲੈ ਤੇਰੇ ਜ਼ਿੰਦਗੀ ਚ ਕੰਮ ਆਊ ਅੱਜ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਕਿਰਪਾ ਵਰਤ ਰਹੀ ਆ ਜਦੋਂ ਤੁਹਾਡੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਾਹਜ ਜਾਂਦੇ ਆ ਜਦੋਂ ਸੋਭਾ ਸਿੰਘ 17 ਵਰਗੇ ਭਾਈ ਗੁਰਪ੍ਰਤਾਪ ਸਿੰਘ ਪੱਦਮ ਵਰਗੇ ਇਹੋ ਜਿਹੇ ਜਥੇ ਅਨੇਕਾਂ ਜਿਹੜੇ ਨਾਮਵਰ ਜਥਿਆਂ ਦੇ ਵਿੱਚ ਤੁਹਾਡੇ ਸਾਹਜ ਜਾਂਦੇ ਔਰ ਸਟੇਜਾਂ ਤੇ ਵੱਜਦੇ ਆ ਕਿਵੇਂ ਲੱਗਦਾ ਉਹ ਬਹੁਤ ਚੰਗਾ ਲੱਗਦਾ ਜਦੋਂ ਸਾਹਮਣੇ ਵੇਖੀਦਾ ਜਾਂ ਵੀਡੀਓ ਦੇ ਵਿੱਚ ਵੇਖੀਦਾ ਵਾ ਬਹੁਤ ਹੀ ਚੰਗਾ ਲੱਗਦਾ ਮਨ ਨੂੰ ਬਹੁਤ ਹੀ ਜ਼ਿਆਦਾ ਜਿਹੜੇ ਜੱਥਿਆਂ ਨੂੰ ਅਸੀਂ ਮੈਂ ਸੁਣ ਕੇ ਇਹ ਸਾਬਣਾ ਉਹਨਾਂ ਦਾ ਫੈਨ ਸੀ ਜੀ ਉਹ ਜਦੋਂ ਕਹਿੰਦੇ ਆ ਵੀ ਗੁਰਲਾਲ ਸਿੰਘਾ ਮੈਨੂੰ ਤੇਰਾ ਸਾਥ ਚਾਹੀਦਾ ਬਣਿਆ ਆ ਫਿਰ ਹੋਰ ਮਨ ਨੂੰ ਖੁਸ਼ੀ ਮਿਲਦੀ ਵੀ ਉਹ ਆਉਣਗੇ ਮੇਰੇ ਕੋਲ ਮਿਲਣਗੇ ਮੈਨੂੰ ਮਿਲਣਗੇ ਕਿ ਜਾਂ ਮੈਂ ਉਹਨਾਂ ਕੋਲ ਜਾਣਾ ਹੀ ਮਿਲਣਾ ਤੇ ਪਰ ਮੇਰੀ ਸ਼ਰਧਾ ਉਹਨਾਂ ਦੇ ਪ੍ਰਤੀ ਉਨਹੀਂ ਹੋ ਮੈਂ ਉਨਾਂ ਹੀ ਸਤਕਾਰ ਕਰਦਾ ਇਹ ਨਹੀਂ ਕਿ ਉਹ ਉਹਨਾਂ ਕੋਲ ਮੈਂ ਜਾਣਾ ਹੀ ਉਦੋਂ ਮੇਰੀ ਜਾਦੀ ਚ ਚੜਦਾ ਸੀ ਮਨ ਦੇ ਵਿੱਚ ਇਤਸ਼ਾਹ ਤੇ ਕੀ ਚਾਹ ਹੀ ਤੇ ਹੁਣ ਘਟ ਗਿਆ ਮੇਰੇ ਕੋਲ ਉਹ ਉਤੋਂ ਜ਼ਿਆਦਾ ਡਬਲ ਹੋ ਜਾਂਦਾ ਕਿ ਜਿਨ੍ਹਾਂ ਨੂੰ ਮੈਂ ਸੁਣ ਕੇ ਇਹ ਸਿੱਖਿਆ ਢਾਢਿਕਲਾ ਉਹ ਮੈਨੂੰ ਖੁਦ ਮਿਲ ਨਾ ਰਹੇ ਨੇ ਜਿਹੜੇ ਸਾਜ਼ ਤੁਸੀਂ ਬਣਾਉਨੇ ਆ ਇਹਦੇ ਵਿੱਚ ਕਿਹੜਾ ਕਿਹੜਾ ਸਾਜ਼ ਬਣਾਉਨੇ ਆ ਤੁਸੀਂ ਮੈਂ ਸਰੰਗੀ ਟਾੜ ਤੇ ਸਰੰਗੀ ਸ਼ੁਰੂ ਮੈਂ ਇੱਥੋਂ ਹੀ ਹੋਇਆ ਹੁਣ ਮੈਂ ਦਿਲ ਰੂਬਾ ਵੀ ਰਿਪੇਅਰ ਕਰ ਲੀਣਾ ਜਿਵੇਂ ਕੋਈ ਆ ਜਾਂਦਾ ਰਬਾਬ ਵੀ ਤੇ ਸਰੰਦਾ ਵੀ ਕੁਝ ਜਿਹੜੇ ਸਾਜ਼ ਤੰਤੀ ਆ ਜਾਂਦੇ ਉਹ ਮੈਂ ਕਰਦਾ ਹੁਣ ਤੇ ਮਹਾਪੁਰਖਾਂ ਦਾ ਵੀ ਇਹ ਮੈਨੂੰ ਉਤਸ਼ਾਹਤ ਮਤਲਬ ਉਤਸ਼ਾਹਤ ਕਰਦੇ ਰਹਿੰਦੇ ਆ ਵੀ ਹੁਣ ਆਪਾਂ ਦਿਲ ਰੂਬੇ ਵੀ ਹੋਰ ਵੀ ਸਾਜ਼ ਵਧਾਈਏ ਗਾਹ ਬਣਾਈਏ ਬਾਬਾ ਜੀ ਇਹਨਾਂ ਇੰਨੀ ਸਪੋਰਟ ਆ ਗਈ ਕਹਿੰਦਾ ਨਹੀਂ ਦੱਸ ਨਹੀਂ ਸਕਦੇ ਅਜੇ ਬਤੇਰੇ ਲੋਕ ਹੁੰਦੇ ਨੇ ਨਿੰਦਨ ਵਾਲੇ ਕੋਈ ਪਰ ਉਹਨਾਂ ਨੂੰ ਇਹਨਾਂ ਮਹਾਪੁਰਖਾਂ ਦੀਆਂ ਕਰਨੀਆਂ ਦਾ ਪਤਾ ਨਹੀਂ ਹੁੰਦਾ ਇਹਨਾਂ ਦੀ ਕੀ ਕਿੰਨੀ ਪਹੁੰਚ ਆ ਤੇ ਉਹਨਾਂ ਨੂੰ ਨਹੀਂ ਪਤਾ ਬਾਕੀ ਨਿੰਦਨ ਵਾਲੇ ਬਥੇਰੇ ਨੇ ਬਾਕੀ ਸਾਨੂੰ ਪਤਾ ਹੀ ਜਾਣਦੇ ਆ ਸਾਡੇ ਹਿਸਾਬ ਨਾਲ ਸਾਡੇ ਉਹ ਨਿਗਾਹ ਦੇ ਵਿੱਚ ਰੱਬ ਨੇ ਜਿਹੜੇ ਸਾਨੂੰ ਇੰਨਾ ਪਿਆਰ ਬਖਸ਼ਦੇ ਨੇ ਪੰਜਾਬ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਸਰੰਗੀ ਔਰ ਢੱਡ ਨੂੰ ਬਣਾਉਣ ਬਾਰੇ ਤੁਹਾਡੇ ਖਿਆਲ ਦੇ ਵਿੱਚ ਕਿੰਨੇ ਕੁ ਸ਼ਖਸ ਨੇ ਕਿੰਨੇ ਕੁ ਵਿਅਕਤੀ ਨੇ ਜਿਹੜੇ ਇਹ ਢੱਡ ਔਰ ਸਰੰਗੀ ਬਣਾ ਰਹੇ ਨੇ ਅ ਕੋਈ ਤਿੰਨ ਕ ਚਾਰ ਹੈ ਨੇ ਇਨਸਾਨ ਜਿਹੜੇ ਬਹੁਤ ਹੀ ਵਧੀਆ ਤੇ ਮਤਲਬ ਨਾਮਵਾਰ ਨੇ ਜਿਹਨਾਂ ਤਿੰਨ ਕ ਚਾਰ ਅੱਡੇ ਹੀ ਮੈਂਸ਼ਨ ਮਤਲਬ ਵੀ ਉਹਨਾਂ ਨੇ ਜਿਹੜੇ ਬਣਾ ਰਹੇ ਸਰੰਗੀਆਂ ਤੇ ਮਾਝੇ ਦੇ ਵਿੱਚ ਜਿਹੜਾ ਉਹ ਸਰੰਗੀਆਂ ਮੈਂ ਮਤਲਬ ਬਣਾ ਰਿਹਾ ਹਾਂ ਅਜੇ ਤੱਕ ਕੋਈ ਆਵੇ ਗਾਂ ਵੱਖਰੀ ਗੱਲ ਆ ਤੇ ਟੱਡਾਂ ਇੱਕ ਦੋ ਬਣਾ ਰਹੇ ਨੇ ਸਿੰਘ ਵੈਸੇ ਇੱਕ ਤਾਂ ਹੈ ਜੋ ਅਮਰੀਕਾ ਚੱਲ ਗਿਆ ਬਾਹਰ ਤੇ ਮਾਝੇ ਦੇ ਵਿੱਚ ਤਕਰੀਬਨ ਸਰੰਗੀਆਂ ਬਣਾਉਣ ਵਾਲਾ ਦਾਸੀ ਆ ਕੀ ਲੱਗਦਾ ਤੁਹਾਨੂੰ ਕਿ ਜਿਵੇਂ ਕੀ ਗੱਲ ਇਹਦੀ ਡਿਮਾਂਡ ਘਟਿਆ ਸਰੰਗੀ ਢੱਡਦੀ ਕਿ ਜਾਂ ਬਣਾਉਣ ਵਾਲੇ ਘਟਿਆ ਕੀ ਕੀ ਕਾਰਨ ਮੰਨਦੇ ਹੋ ਇਹਦਾ ਨਹੀਂ ਜੀ ਡਿਮਾਂਡ ਤਾਂ ਬਹੁਤ ਆ ਜੀ ਜੇ ਲਾਇਆ ਜਾਵੇ ਸਾਬ ਡਿਮਾਂਡ ਵਾਧੂ ਆ ਬਹੁਤ ਆ ਬੜਾ ਪਿਆਰੂ ਵੀ ਮਿਲਦਾ ਵਾ ਜੀ ਬਾਕੀ ਇਹਨਾਂ ਵੀ ਮਿਹਨਤ ਮੰਗਦਾ ਸਾ ਜੀ ਵੀ ਜੀ ਹਾਂ ਜੀ ਪਹਿਲਾਂ ਜੇ ਇਹਨੂੰ ਬਣਾਉਣਾ ਵਾ ਫਿਰ ਇਹਨੂੰ ਵਜਾਉਣਾ ਵੀ ਸਿੱਖਣਾ ਪਊਗਾ ਜੀ ਜੀ ਫਿਰ ਇਹ ਆਪਾਂ ਬਣਾ ਸਕਦਾ ਕੋਈ ਵੀ ਵੇਖ ਕੇ ਢਾਂਚਾ ਬਣਾ ਸਕਦਾ ਵਾ ਐਵੇਂ ਦੀ ਬਣਾ ਸਕਦਾ ਪਰ ਇਹ ਚੋ ਆਵਾਜ਼ ਕੱਢਣੀ ਤੇ ਜਿਹੜਾ ਸਿੱਖਿਆ ਹੋਊਗਾ ਵਜਾਉਣੀ ਜਾਣਦਾ ਉਹੋ ਕਰ ਸਕਦਾ ਹਾਂਜੀ ਹੁਣ ਤੱਕ ਜਿੰਨੀਆਂ ਵੀ ਤੁਸੀਂ ਟੱਡਾਂ ਬਣਾਈਆਂ ਤੁਸੀਂ ਦੱਸਿਆ ਕਿ 20 30 ਤੁਸੀਂ ਸਰੰਗੀਆਂ ਵੀ ਬਣਾ ਚੁੱਕੇ ਹੋ ਇੱਕ ਸਰੰਗੀ ਨੂੰ ਬਣਾਉਣ ਤੇ ਕਿੰਨਾ ਸਮਾਂ ਲੱਗਦਾ ਜੇ ਲਗਾਤਾਰ ਲੱਗੀ ਇਹਨੂੰ ਮਤਲਬ ਵੀ ਇੱਕੋ ਸਰੰਗੀ ਬਣਾਉਣੀ ਆ ਕੋਈ 7-8 ਦਿਨ ਲੱਗਦੀ ਹੈ ਜੀ ਪਾਲਛ ਪੂਲਛ ਕਰਕੇ ਇੱਕ ਅੱਧਾ ਦਿਨ ਤੇ ਪਾਲਛ ਤੇ ਲੱਗ ਜਾਂਦਾ ਫਿਰ ਫਿਟਿੰਗ ਕਰਨੀ ਦੀਵੱਖੋ ਵਕਰੀਆਂ ਫਿਰ ਸੋਰ ਕਰਕੇ ਤਾਰਾਂ ਬਾਅਦ ਮਤਲਬ 7-8 ਦਿਨ ਲੱਗਦੇ ਆ ਤੇ ਜੇ ਇਕੱਠੀਆਂ ਬਣਾਈਏ ਤੇ ਫਿਰ ਥੋੜੀ ਘੱਟ ਦੀਆਂ ਲੱਗਦੀ ਕਿਉਂਕਿ ਉਨਾ ਹੀ ਕੰਮ ਕਰਨਾ ਹੁੰਦਾ ਫਿਰ ਬਣਾ ਬਣਾ ਕੇ ਉਦਾਂ ਰੱਖੀ ਜਾਂਦੀਆਂ ਜਿਹੜਾ ਕੰਮ ਕਰਨਾ ਫਿਰ ਪੰਜਾਂ ਦਾ ਇਕੱਠਾ ਕਰਨਾ ਕਜਾ ਇੱਕ ਦਾ ਕਰਨਾ ਉਹਦੇ ਤੇ ਆਪਾਂ ਘੱਟ ਲੱਗਦਾ ਸਮਾਂ ਜਿਆਦੀਆਂ ਬਣਾਈਆਂ ਇਥੇ ਪਰਿਵਾਰ ਦੇ ਵਿੱਚ ਕੋਣ ਕੋਣ ਤੁਹਾਡੇ ਪਰਿਵਾਰ ਦੇ ਵਿੱਚ ਮੇਰੇ ਪਿਤਾ ਜੀ ਆ ਤੇ ਮਾਤਾ ਜੀ ਦਾਦੀ ਜੀ ਤੇ ਦੋ ਭੈਣਾਂ ਵਾਂ ਛੋਟੀਆਂ ਮੇਰੇ ਨਾਲ ਇੱਕ ਦੀ ਮੈਰਿਜ ਹੋ ਗਈ ਆ ਤੇ ਇੱਕ ਛੋਟੀ ਆ ਤੇ ਇੱਕ ਮੇਰੀ ਸ਼ਿੰਗਣੀ ਆ ਤੁਹਾਡੇ ਪਿਤਾ ਜੀ ਜਿਵੇਂ ਪਹਿਲਾਂ ਮਹਾਪੁਰਸ਼ਾਂ ਦੇ ਕੋਲ ਉੱਥੇ ਤੁਸੀਂ ਦੱਸਿਆ ਕਿ ਮਿਸਤਰੀ ਦਾ ਕੰਮ ਕਰਦੇ ਸੀ ਔਰ ਅੱਜ ਵੀ ਮੇਰੇ ਖਾਲ ਕਰਦੇ ਹੋਣਗੇ ਕੀ ਕਦੀ ਪਿਤਾ ਜੀ ਨੇ ਕਿਹਾ ਕਿ ਮੈਂ ਤੇ ਮਿਸਤਰੀ ਸੀ ਹਨਾ ਤੇ ਤੂੰ ਪੁੱਤ ਅੱਜ ਢੱਡਾ ਬਣਾਉਣ ਲੱਗ ਗਿਆ ਇੱਕ ਵਧੀਆ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਇੱਕ ਇੱਕ ਢਾਡੀ ਨਾਮਵਰ ਢਾਡੀਆਂ ਦੇ ਵਿੱਚ ਨਾ ਆਉਣ ਲੱਗ ਪਿਆ ਕਦੀ ਇਦਾਂ ਦੇ ਵੀ ਪਿਤਾ ਜੀ ਦੇ ਨਾਲ ਗੱਲਬਾਤ ਹੋਈ ਐ ਪਿਤਾ ਜੀ ਪਹਿਲਾਂ ਤੇ ਤੁਹਾਨੂੰ ਦੱਸਿਆ ਸੀ ਕਿ ਜਿਵੇਂ ਪਹਿਲਾਂ ਕਹਿੰਦੇ ਸੀ ਵੀ ਇਹ ਕੰਮ ਬੜਾ ਔਖਾ ਵਾ ਲੈ ਕੇ ਤੇ ਉਹਨਾਂ ਦਿੱਤਾ ਸਪੋਰਟ ਉਹਨਾਂ ਦੀ ਪੂਰੀ ਆ ਅਜੇ ਤੱਕ ਵੀ ਫੁੱਲ ਸਪੋਰਟ ਆ ਵੀ ਜਿਵੇਂ ਜਿੰਨੀ ਉਹ ਕਰ ਸਕਦੇ ਉਸ ਤੋਂ ਵੱਧ ਉਹਨਾਂ ਨੇ ਕੀਤੀ ਏ ਤੇ ਪਰ ਜਦਨ ਮੈਂ ਸਾਜ ਲਈ ਆਣ ਕੇ ਉਹਨਾਂ ਨੂੰ ਕਿਹਾ ਸੀ ਕਿ ਮੈਨੂੰ ਇੰਨੇ ਪੈਸੇ ਦਿਓ ਮੈਂ ਪੁਰਾਣਾ ਸਾਜ ਲੈਣਾ ਵਾ ਤੇ ਆਂਦੇ ਹੈ ਇਹ ਕੰਮ ਵੜਾ ਔਖਾ ਕੋਈ ਛੋਟਾ ਕੰਮ ਨਹੀਂ ਆ ਤੂੰ ਸੋਚ ਲੈ ਕੰਮ ਤੇ ਕਿਉਂਕਿ ਅੱਗੇ ਵੀ ਜਦੋਂ ਬੰਦਾ ਸ਼ੁਰੂ ਸ਼ੁਰੂ ਹੁੰਦਾ ਉਦੋਂ ਕਈ ਕੰਮ ਕਰਕੇ ਛੱਡ ਦਿੰਦਾ ਐਵੇਂ ਕਈ ਕੰਮ ਹੋਰ ਵੀ ਨਿੱਕੇ ਮੋਟੇ ਕੀਤੇ ਆ ਤੇ ਉਹ ਛੱਡ ਦੇਣੇ ਤੇ ਹੁੰਦੇ ਵੀ ਮੰਜ਼ਲ ਵੱਡੀ ਆ ਜੇ ਇਹ ਕਰ ਸਕਦਾ ਤੇ ਵੇਖ ਲੈ ਅਸੀਂ ਤੇ ਕੋਈ ਸਾਡਾ ਤੇ ਤੈਨੂੰ ਪੂਰੀ ਸਪੋਰਟ ਆ ਉਹਨਾਂ ਨੇ ਵਹਿ ਦੇਤੇ ਉਦੋਂ ਕਿਹਾ ਵੀ ਆਪਣਾ ਤੇ ਕੰਮ ਵਧੀਆ ਚੱਲਦਾ ਕੰਮ ਹੈ ਉਹ ਵੀ ਜਾਣਦਾ ਵਾ ਰਾਜ ਮਿਸਤਰੀ ਦਾ ਵੀ ਲੱਕੜ ਦਾ ਵੀ ਕੰਮ ਤੇ ਕਰ ਲਈਦਾ ਸਾਰੀ ਤੇ ਉਹ ਆਂਦੇ ਵੀ ਇੱਧਰ ਸਗੋਂ ਸਾਹਮ ਆਪਣਾ ਬਥੇਰਾ ਖਲਾਰਾ ਕੰਮ ਦਾ ਤੇ ਤੂੰ ਨਿਗਾ ਨਿਗਾ ਹੀ ਭਾਵੇਂ ਮਾਰਿਆ ਕਰ ਫਿਰ ਸਪੋਰਟ ਤੋਂ ਨਾਲ ਮੈਂ ਨਹੀਂ ਮੈਂ ਇਹੀ ਕਰਨਾ ਤੇ ਫਿਰ ਜਦੋਂ ਬਾਅਦ ਦੇ ਵਿੱਚ ਸਟੇਜ ਤੇ ਆਏ ਫਿਰ ਉਹ ਉਹਨਾਂ ਦੀ ਖੁਸ਼ੀ ਚਲੀ ਜਾਣੀ ਅੱਜ ਕਿੰਨੇ ਕੁ ਖੁਸ਼ ਨੇ ਪਿਤਾ ਜੀ ਤੁਹਾਡੇ ਦਾਦੀ ਜੀ ਤੁਹਾਡੇ ਮਾਤਾ ਬਾਕੀ ਸਾਰਾ ਪਰਿਵਾਰ ਰਿਸ਼ਤੇਦਾਰ ਕਿੱਦਾਂ ਦੇ ਕਮੈਂਟ ਤੁਹਾਨੂੰ ਮਿਲਦੇ ਨੇ ਕਿੱਦਾਂ ਦੀਆਂ ਜਦੋਂ ਤੁਸੀਂ ਜਾਣਦੇ ਹੋ ਰਿਸ਼ਤੇਦਾਰੀ ਦੇ ਵਿੱਚ ਕਿੱਦਾਂ ਦੇ ਕਮੈਂਟ ਮਿਲਦੇ ਤੁਹਾਨੂੰ ਬਹੁਤ ਹੀ ਚੰਗੇ ਉਹ ਬਹੁਤ ਹੀ ਮਾਣ ਮਹਿਸੂਸ ਕਰਦੇ ਆ ਕਿ ਮੈਂ ਇਹ ਕੰਮ 'ਚ ਪਿਆ ਵਾ ਬਦੋ ਜਦੋਂ ਸਟੇਜਾਂ ਤੇ ਜਾਂਦੇ ਆ ਜਾਂ ਮਿਲਦੇ ਆ ਦੋਨੇ ਜਾਣੇ ਹੋ ਜਾਂਦੇ ਸਾਰੇ ਭੈਣ ਭਰਾ ਮਾਤਾ ਪਿਤਾ ਤੇ ਤੇ ਕੋਈ ਅੰਤ ਨਹੀਂ ਦੋਨੇ ਜਾਣੇ ਹੋਣ ਵਾਲਾ ਬਹੁਤ ਹੀ ਖੁਸ਼ ਨੇ ਸਾਬ ਤੇ ਮੈਨੂੰ ਉਹਨਾਂ ਨਾਲ ਵੇਖ ਕੇ ਹੋਰ ਖੁਸ਼ੀ ਹੁੰਦੀ ਕਿ ਮੈਂ ਫਿਰ ਇਸ ਨੂੰ ਥੋੜੀ ਚੰਗੇ ਕੰਮ ਚ ਪਿਆ ਜਿਹੜੇ ਉਹਨਾਂ ਨੂੰ ਹੋਰ ਜ਼ਿਆਦਾ ਖੁਸ਼ੀ ਹੁੰਦੀ ਹੈ ਇਹ ਜਿਹੜੇ ਤੁਸੀਂ ਸਾਜ ਬਣਾਉਣੇ ਆ ਇਹਦੇ ਲਈ ਤੁਹਾਨੂੰ ਕਿਤੇ ਕਦੀ ਕੋਈ ਸਪੈਸ਼ਲ ਇਨਾਮ ਕੋਈ ਕੋਈ ਸਨਮਾਨ ਮਿਲਿਆ ਕੋਈ ਕਿਸੇ ਪਾਸਿਓਂ ਜੀ ਸਨਮਾਨੋ ਨਾ ਜਿਵੇਂ ਇੰਟਰਵਿਊ ਕਰਦੇ ਆ ਜਿਵੇਂ ਮੈਂ ਜਿਹਨੂੰ ਕਿਤੇ ਜਾਨਣਾ ਵਾ ਫਿਰ ਮੈਨੂੰ ਮਿਲਦੇ ਕੋਈ ਭੈਣ ਭਰਾ ਇਹੀ ਮੇਰਾ ਲਈ ਸਨਮਾਨ ਆ ਪੀ ਤੁਸੀਂ ਜਿਹੜਾ ਬਣਾਉਂਦੇ ਹੋ ਬਹੁਤ ਵਧੀਆ ਕਰਦੇ ਹੋ ਸ਼ਾਬਾਸ਼ੇ ਸ਼ਾਬਾਸ਼ੇ ਬਹੁਤ ਹੀ ਮੈਨੂੰ ਜਿਵੇਂ ਟਾੜੀ ਜਗਤ ਵੀ ਜਦੋਂ ਇਕੱਠਾ ਇਕੱਠਾ ਹੁੰਦਾ ਵਾ ਕਿ ਟਾੜੀ ਸਿੰਘ ਇਕੱਠੇ ਹੁੰਦੇ ਉੱਥੇ ਮੈਨੂੰ ਪਿਆਰ ਮਿਲਦਾ ਵਾ ਪੀ ਇਹ ਗੁਰਲਾਲ ਸਿੰਘ ਬਣਾਉਂਦਾ ਵਾ ਸਾਜ ਤੇ ਮੈਨੂੰ ਉੱਥੇ ਵੀ ਵੱਡੇ ਜਿਹੜੇ ਵੱਡੇ ਬਜ਼ੁਰਗ ਟਾੜੀ ਨੇ ਸਾਡੇ ਉਹ ਸਾਨੂੰ ਮੈਨੂੰ ਆਸ਼ੀਰਵਾਦ ਦਿੰਦੇ ਆ ਮੈਂ ਇਤੇ ਜੀ ਖੁਸ਼ ਆ ਉਵੇਂ ਜਥੇ ਤੌਰਤੇ ਤੇ ਥਰੇ ਮਤਲਬ ਮਾਨ ਮਿਲੇ ਆ ਵਾਡਾ ਜਥਾ ਵੀ ਹੈ ਭਾਈ ਗੁਰਪ੍ਰਤਾਪ ਸਿੰਘ ਪੱਦਮ ਔਰ ਤੁਹਾਡੇ ਨਾਲ ਹੋਰ ਕਿਹੜੇ ਭਾਈ ਸਾਹਿਬ ਨੇ ਤਿੰਨਾਂ ਦਾ ਜਦ ਤੁਹਾਡਾ ਜਿਹੜਾ ਜਥਾ ਹੈ ਉਹ ਕੀ ਕੀ ਨਾਮ ਹੈ ਉਹਨਾਂ ਜਥਿਆਂ ਦਾ ਮੈਂ ਚਾਹਣਾ ਵੀ ਜਥੇ ਦੇ ਵਿੱਚ ਤੁਹਾਡੇ ਸਾਰੇ ਸਿੰਘਾਂ ਦਾ ਨਾਮ ਵੀ ਜ਼ਰੂਰ ਆਉਣਾ ਚਾਹੀਦਾ ਹੈ ਜਥੇਦਾਰ ਜੀ ਭਾਈ ਗੁਰਪ੍ਰਤਾਪ ਸਿੰਘ ਸੁੱਗਾ ਜਿਹੜੇ ਮੇਨ ਪ੍ਰਚਾਰਕ ਨੇ ਟਾਡੀ ਆਪਣੇ ਜਿਹੜੇ ਸੱਜੇ ਪਾਸੇ ਸਾਥ ਦਿੰਦੇ ਨੇ ਉਹ ਗਿਆਨੀ ਮਨਿੰਦਰ ਸਿੰਘ ਫਰੋਜਪੁਰ ਜੀ ਜੀ ਤੇ ਭਾਈ ਗੁਰਪਾਗ ਸਿੰਘ ਰਾਣੀਵਾਲਾ ਤੇ ਦਾਸ ਗੁਰਲਾਲ ਸਿੰਘ ਬੈਂਕਾ ਸੰਗੀਤ ਤੇ ਸੇਵਾਦਾਰ ਮਹਾਂਪੁਰਸ਼ਾਂ ਦੀ ਤੁਹਾਡੇ ਦੇ ਉੱਪਰ ਬਖਸ਼ਿਸ਼ ਕਰਪਾਏ ਹੁਣ ਤੱਕ ਤੁਸੀਂ ਤੁਹਾਡਾ ਜਿਹੜਾ ਢਾਡੀ ਜਥਾ ਹੈ ਉਹ ਤੁਸੀਂ ਕੀ ਸੋਚਦੇ ਕਿੱਥੋਂ ਕਿੱਥੋਂ ਤੱਕ ਤੁਸੀਂ ਹੁਣ ਤੱਕ ਜਿਹੜਾ ਵਾ ਸਿੱਖੀ ਦਾ ਪ੍ਰਚਾਰ ਕਰਕੇ ਆਏ ਐ तकरीबन तकरीबन ਇੰਡੀਆ ਦੇ ਵਿੱਚ ਤੇ ਬਥੇਰੇ ਥਾਈ ਜਿਵੇਂ ਬੰਬੇ ਕੋਲਕਾਤੇ ਵਗੈਰਾ ਇੱਧਰ ਜੰਮੂ ਮਹਾਰਾਸ਼ਟਰ ਸਾਰੇ ਇੱਧਰ ਤੇ तकरीबन ਜਾਈਦਾ ਹੀ ਆ ਜੀ ਹਾਂਜੀ ਬਾਕੀ ਕੰਪੀਟੀਸ਼ਨ ਤੇ ਵਿੱਚ ਵੀ ਜਾਂਦੇ ਆ ਬਾਹਰ ਅੰਦਰ ਹਾਂਜੀ ਜਿੱਤੇ ਤੁਹਾਡੀਆਂ ਸਰੰਗੀਆਂ ਗਈਆਂ ਕੈਨੇਡਾ ਅਮਰੀਕਾ ਉੱਥੇ ਨਹੀਂ ਗਏ ਉੱਥੇ ਅਜੇ ਤੱਕ ਤਾਂ ਨਹੀਂ ਚਲੋ ਸੰਗਤਾਂ ਯਾਦ ਕਰ ਰਹੀਆਂ ਵਾਂ ਹੋ ਗਮ ਵੀ ਹੋਏ ਬਾਕੀ ਆ ਲਾਕਡਾਊਨ ਲੱਗਾ ਜਿਹੜਾ ਉਹਨੇ ਕੰਮ ਖਰਾਬ ਕਰਤਾ ਹੋ ਜਲ ਜਲਦੀ ਜਾਓਗੇ ਜੈ ਇਧਾ ਨਹੀਂ ਅਰਦਾਸਾਂ ਵਾ ਬਸ ਛੇਤੀ ਜਲਦੀ ਜਾਵਾਂਗੇ ਜੀ ਜੀ ਹਾਂਜੀ ਹਾਂਜੀ ਤੇ ਤੁਹਾਡੇ ਜਿਹੜੇ ਧਰਮਸਪੱਤ ਨਹੀਂ ਆ ਮੇਰੇ ਖਿਆਲ ਅਨੰਦਗਾਰ ਚ ਤੁਹਾਡਾ ਜੇ ਥੋੜੀ ਦੇਰ ਨੂੰ ਥੋੜਾ ਦੇਰ ਹੀ ਹੋਇਆ ਹੈ ਤੇ ਕਿਵੇਂ ਤੁਸੀਂ ਮਤਲਬ ਭੈਣ ਜੀ ਵੀ ਸੁਣਦੇ ਹੋਣੇ ਜਦੋਂ ਤੁਸੀਂ ਲਾਈਵ ਕਿਤੇ ਚੈਨਲ ਤੇ ਚੱਲਦੇ ਹੋ ਤੇ ਕਿਵੇਂ ਜਦੋਂ ਘਰ ਵਾਪਸ ਆਉਨੇ ਹੂੰ ਫਿਰ ਉਹ ਉਹ ਖੁਸ਼ ਹੁੰਦੇ ਹੋ ਗੱਲਾਂ ਕਰਦੇ ਕਿ ਤੁਸੀਂ ਉਦੋਂ ਸਟੇਜ ਤੇ ਇਦਾਂ ਦੀ ਸਰੰਗੀ ਵਜਾਈ ਜਾਂ ਕੋਈ ਕਿਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਤੁਹਾਨੂੰ ਹੁੰਦੀਆਂ ਪਹਿਲੀ ਗੱਲ ਇਦਾਂ ਵੀ ਮੈਂ ਜਦੋਂ ਮੇਰਾ ਮੰਗਣਾ ਹੋਣਾ ਸੀ ਉਸ ਤੋਂ ਪਹਿਲਾਂ ਹੀ ਉਹਨਾਂ ਮਤਲਬ ਸਟੇਜ ਤੋਂ ਵੇਖ ਕੇ ਹੀ ਮੇਰਾ ਸਾਹਬ ਨਾ ਮੰਗਣਾ ਹੋਇਆ ਕਹਿ ਸਕਦੇ ਆਪਾਂ ਜੀ ਜੀ ਇਹ ਮਹਿਮਾਨ ਵਾਲੀ ਗੱਲ ਮਹਿਸੂਸ ਕਰਦਾ ਕਿ ਮੈਨੂੰ ਟਾਡੀ ਵੇਖਿਆ ਉਹਨਾਂ ਨੇ ਸਟੇਜ ਤੇ ਪਰਿਵਾਰ ਨੇ ਤੇ ਫਿਰ ਮੇਰਾ ਮੱਧ ਵਿੱਚ ਮੰਗਣਾ ਹੋਇਆ ਜੀ ਜਿਵੇਂ ਉਹ ਗੱਲਾਂ ਬਾਤਾਂ ਤੇ ਬਾਕੀ ਵਾਧੂ ਚੱਲਦੀਆਂ ਰਹਿਨੀਆਂ ਕੋਈ ਦੇ ਹੁਣ ਇੱਕ ਗੱਲ ਮੈਂ ਜਿਹੜੀ ਬਿਲਕੁਲ ਖਾਸ ਪੁੱਛਣੀ ਚਾਹੁੰਦਾ ਹੈ ਕਿ ਜਿਹੜੇ ਸਾਡੇ ਨੌਜਵਾਨ ਹੈ ਉਹਨਾਂ ਦੇ ਵਿੱਚ ਦੇਖਦੇ ਹਾਂ ਕਿ ਜਿਹੜਾ ਰੁਝਾਨ ਹੈ ਨਾ ਖਾਸ ਕਰਕੇ ਜੇ ਕੋਈ ਸਰੰਗੀ ਸਿੱਖੂਗਾ ਢੱਡ ਸਿੱਖੂਗਾ ਤੇ ਫੇਰ ਹੀ ਉਹਦੇ ਵਿੱਚ ਬਾਅਦ ਵਿੱਚ ਬਣਾਉਗਾ ਨਾ ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਮਾਜ ਦੇ ਵਿੱਚ ਇਕੱਲੇ ਤੁਸੀਂ ਬਣਾਉਣੇ ਹੋ ਕੀ ਲੱਗਦਾ ਹੈ ਕਿ ਜੇ ਨੌਜਵਾਨਾਂ ਦੇ ਵਿੱਚ ਉਤਸ਼ਾਹ ਕਿਉਂ ਘਟਾ ਹੈ ਔਰ ਦੂਜੀ ਗੱਲ ਜੇਕਰ ਆਪਾਂ ਉਤਸ਼ਾਹ ਉਹਨਾਂ 'ਚ ਭਰਨਾ ਹੈ ਕੀ ਕਰਨਾ ਕੀ ਕਰਨਾ ਪਊਗਾ ਵੇਖੋ ਜੀ ਪਹਿਲਾਂ ਤੇ ਸਾਨੂੰ ਸੰਗਤ ਵੀ ਬਦਲਣੀ ਪਵੇਗੀ ਹਣਾ ਆ ਗੌਣ ਲੱਚਰ ਕੀ ਹਾਲ ਲੋਕੀ ਜਿਆਦਾ ਧਿਆਨ ਕਰਨਦੇ ਆ ਮੁੰਡੇ ਜਿਆਦਾਤਰ ਖਾਸ ਕਰਕੇ ਕਿਉਂਕਿ ਇਹਦਾ ਪ੍ਰਚਾਰ ਅਸੀਂ ਤੁਹਾਡਾ ਵੱਧ ਕਰ ਰਹੇ ਹਾਂ ਸਪੋਰਟ ਅਸੀਂ ਇਹਨਾਂ ਨੂੰ ਵੱਧ ਕਰ ਰਹੇ ਹਾਂ ਅਸੀਂ ਪਹਿਲੀ ਗੱਲ ਤੇ ਅਸੀਂ ਬਾਣੀ ਪੜਾਂਗੇ ਤੇ ਨਿਤਨੇਮ ਕਰਾਂਗੇ ਸਾਡੇ ਮਾਪਿਓ ਕਰਨਗੇ ਤੇ ਬੱਚੇ ਵੀ ਕਰਨਗੇ ਬੱਚਿਆਂ ਨੂੰ ਸੰਗਤ ਚੰਗੀ ਸ਼ੁਰੂ ਘਰ ਤੋਂ ਹੀ ਮਿਲੇ ਜੀ ਤੇ ਫਿਰ ਬੱਚੇ ਵੀ ਜਦੋਂ ਵੱਡੇ ਹੋਣ ਉਹਨਾਂ ਨੂੰ ਚੰਗੇ ਸਕੂਲਾਂ ਵਿੱਚ ਆਪਾਂ ਗੁਰਦਾਰੇ ਲੈ ਕੇ ਜਾਈਏ ਸਿੱਖਿਆ ਉਹਨਾਂ ਨੂੰ ਚੰਗੀ ਦਈਏ ਮੜੀਆਂ ਮਸਾਨਾਂ ਤੋਂ ਦੂਰ ਰੱਖੀਏ ਤੇ ਆਟੋਮੈਟਿਕ ਜਦੋਂ ਗੁਰਮਤਿ ਬੱਚਾ ਗੁਰਮਤਿ ਵਾਲੀ ਜਾਂਦਾ ਰਿਹਾ ਸ਼ੁਰੂ ਤੋਂ ਤੇ ਉਹਨੇ ਢਾਡੀ ਕਵੀਸ਼ਰ ਰਾਗੀ ਬਾਨਨਾ ਤੇ ਜਦੋਂ ਆਪਾਂ ਮੜੀਆਂ ਮਸਾਨਾਂ ਤੇ ਲੈ ਗਏ ਉਹਨਾਂ ਨੂੰ ਕਲਾਕਾਰ ਵਿਖਾਏ ਤੇ ਨਿਤਨਾਮ ਨੇਤ ਨੇਵਨਾ ਕੀਤਾ ਮਾਪਿਓ ਨੇ ਤੇ ਉਹ ਆਟੋਮੈਟਿਕੀ ਦੂਜੀ ਰਹਿਣ ਨੂੰ ਤੁਰ ਪੂਗਾ ਇਹ ਸਾਡੇ ਮਾਪਿਓ ਦਾ ਵੀ ਕਸੂਰ ਆ ਸਾਨੂੰ ਇਹ ਜੋ ਕੁਝ ਮਿਲਿਆ ਘਰ ਚੋਂ ਮਿਲਿਆ ਸਾਡੇ ਦਾਦੀ ਜੀ ਰਬ ਰਬ ਕਰਦੇ ਸੀ ਤੇ ਪਿਤਾ ਜੀ ਨੂੰ ਮਿਲਿਆ ਪਿਤਾ ਜੀ ਤੋਂ ਮਾਪਿਓ ਤੋਂ ਸਾਨੂੰ ਗਾਂ ਹੀ ਮਿਲਿਆ ਵਾ ਫਿਰ ਆਟੋਮੈਟਿਕੀ ਸਾਰਾ ਕੁਝ ਵੈਗਰੂ ਨੇ ਕਿਰਪਾ ਕੀਤੀ ਅਸੀਂ ਇਹੋ ਹੀ ਆ ਵੀ ਵੱਤ ਤੋਂ ਵੱਤ ਬਾਣੀ ਪੜੀਏ ਮਾਪਿਓ ਜੇ ਨੂੰ ਸ਼ੁਰੂ ਤੋਂ ਬਾਣੀ ਪੜਾਂਗੇ ਤੇ ਬੱਚੇ ਦਾ ਕਿਤੇ ਜੁਰਤੇ ਕਿਤੇ ਬੱਚਾ ਬਾਹਰ ਗੁਰਮਤ ਤੋਂ ਪਾਸੇ ਹੋ ਜੇ ਕੋਈ ਤੇ ਸਾਡੀਆਂ ਵੀ ਕਮੀਆਂ ਹੋਣਗੀਆਂ ਅੰਤ ਦੇ ਵਿੱਚ ਇੱਕ ਖਾਸ ਗੱਲ ਸਟੇਜਾਂ ਦੇ ਉੱਪਰ ਸੰਗਤਾਂ ਤੁਹਾਨੂੰ ਦੇਖਦੀਆਂ ਕਿ ਤੁਸੀਂ ਇੱਕ ਜਿਹੜੀ ਸਰੰਗੀ ਵਜਾਉਨੇ ਹੋ ਮੈਂ ਅੱਜ ਚਾਹੁੰਗਾ ਕਿ ਤੁਸੀਂ ਆਪਣੇ ਵੱਲੋਂ ਸਿੱਖ ਸੰਗਤਾਂ ਜੋ ਨੌਜਵਾਨ ਸਾਰੇ ਤੁਹਾਨੂੰ ਦੇਖ ਰਹੇ ਆ ਇਹ ਕਹਿਣਾ ਚਾਹੋਗੇ ਆਪਣੇ ਵੱਲੋਂ ਅੰਤ ਦੇ ਵਿੱਚ ਉਹਨਾਂ ਨੂੰ ਜਿਹੜੇ ਵੀ ਭੈਣ ਭਾਈ ਵੇਖ ਰਹੇ ਨੇ ਬਸ ਮੈਂ ਇਹੋ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਬਾਣੀ ਪੜიਏ ਨਿਤਨੇਮ ਕਰੀਏ ਅਸੀਂ ਆਪਣਾ ਜੀਵਨ ਸਵਾਰੀਏ ਅਸੀਂ ਇਹ ਕਹਿੰਦੇ ਆ ਕਿ ਉਹ ਫਲਾਣਾ ਨਹੀਂ ਚੰਗਾ ਫਲਾਣਾ ਨਹੀਂ ਚਗੇ ਇਦਾਂ ਨਹੀਂ ਨੰਦਨ ਦੇ ਨਾਲੋਂ ਆਪਣਾ ਆਪ ਸਵਾਰੀ ਹੈ ਸਾਡਾ ਜੀਵਨ ਹੀ ਪ੍ਰਚਾਰ ਹੋਵੇ ਤੁਰੇ ਜਾਂਦੇ ਇਹ ਤੇ ਆਖੇ ਵੀ ਗੁਰੂ ਦਾ ਸਿੰਘ ਹੈ ਅਸੀਂ ਇਹਦੇ ਅੱਗੇ ਬਣੀਏ ਐਵੇਂ ਦਾ ਹੋਵੇ ਤੇ ਆਪਣਾ ਇਹ ਅਸੀਂ ਆਪਣੇ ਆਪ ਨੂੰ ਸੁਧਾਰ ਲਿਆ ਸਮਝ ਲਓ ਦੂਜਿਆਂ ਨੂੰ ਸੁਧਾਰ ਲਿਆ ਫਿਰ ਘਰ ਤੇ ਤੁਰੀਏ ਘਰ ਤੋਂ ਫਿਰ ਪਿੰਡ ਤੇ ਤੁਰੀਏ ਪਿੰਡ ਤੋਂ ਫਿਰ ਸਾਰਾ ਸਮਾਜ ਆਪੇ ਸੁਧਰ ਜਾਵੇਗਾ ਇੱਕ ਖਾਸ ਗੱਲ ਹੋਰ ਵੀ ਹੈ ਕਿਉਂਕਿ ਬਹੁਤ ਸਾਰੇ ਢਾਡੀ ਔਰ ਕਵੀਸ਼ਰਾਂ ਨੂੰ ਕੁਝ ਸੰਤ ਮਹਾਂਪੁਰਸ਼ਾਂ ਵੱਲੋਂ ਸੋਨੇ ਦਾ ਪੈਨ ਜਾਂ ਕੰਟੇ ਦੇ ਕੇ ਸਨਮਾਨ ਮਿਲਦਾ ਹੈ ਤੁਹਾਨੂੰ ਵੀ ਕੋਈ ਇਸ ਤਰ੍ਹਾਂ ਦਾ ਕਿਸੇ ਸੰਤ ਮਹਾਂਪੁਰਸ਼ਾਂ ਵੱਲੋਂ ਜਾਂ ਕਿੱਥੋਂ ਸਨਮਾਨ ਕੋਈ ਮਿਲਿਆ ਜੀ ਹਾਂ ਜੀ ਬੜਾ ਮਾਣ ਮਹਿਸੂਸ ਹੁੰਦਾ ਹੈ ਤੇ ਇਹ ਮਾਣ ਸਾਰੇ ਮਾਣ ਜਿੰਨੇ ਵੀ ਹੈ ਨਾਮ ਆ ਇਹ ਮਬਾ ਅਵਤਾਰ ਸਿੰਘ ਜੀ ਕਿਰਪਾ ਦੇ ਨਾਲ ਹੀ ਸਾਰੇ ਬਹੁਤ ਵੱਡੇ ਵੱਡੇ ਨਾਮ ਨਾਮ ਮੇਰੇ ਹੁਣ ਟਾਡੀ ਕਵੀਸ਼ਰਾਂ ਨੂੰ ਸੋਨੇ ਦੀਆਂ ਟੱਡਾਂ ਨਾਲ ਤੇ ਕਵੀਸ਼ਰਾਂ ਨੂੰ ਪੈਨਾ ਦੇ ਨਾਲ ਸਨਮਾਨਕ ਕੀਤਾ ਜਾ ਰਿਹਾ ਬਾਬਾ ਦਰਸ਼ਨ ਸਿੰਘ ਜੀ ਬੋਰੀ ਵਾਲੇ ਕਰੀਆਂ ਕਲਾਂ ਵਾਲੇ ਫਰੋਇਪੁਰ ਦੇ ਜ਼ਿਲ੍ਹੇ ਦੀ ਸੰਗਤ ਤੇ ਇਹ ਜਿਹੜੇ ਪਹਿਲਾ ਸਨਮਾਨਤ ਗੁਰੂ ਹਰਗੋਬਿੰਦ ਸਾਹਿਬ ਨੇ ਆਪਦੇ ਟਾਡੀਆਂ ਨੂੰ ਦਿੱਤਾ ਸੀ ਬਾਬਾ ਨੱਥਮੁਲ ਔਰ ਬਾਬਾ ਅਬਦุลਜੀ ਖੈਰ ਜੀ ਨੂੰ ਇਹ ਸੋਨੇ ਦੀਆਂ ਟੱਡਾਂ ਦਾ ਸਨਮਾਨ ਦਿੱਤਾ ਹੈ ਹਨਾ ਜੀ ਉਸ ਤੋਂ ਬਾਅਦ ਚ ਕਦੀ ਕਿਸੇ ਨੂੰ ਕਿਸੇ ਨੇ ਨਹੀਂ ਦਿੱਤਾ ਮਤਲਬ ਹੋਣਾ ਜੀ ਤੇ ਉਸ ਤੋਂ ਬਾਅਦ ਚ ਬਾਬਾ ਜੀ ਨੇ ਆਪਣੇ ਟਾਡੀ ਜਥੇ ਨੂੰ 2018 ਦੇ ਵਿੱਚ ਦੀਵਾਲੀ ਵਾਲੀ ਰਾਤ ਤੋਂ ਇੱਕ ਦਿਨ ਪਹਿਲਾਂ 14 ਦੀ ਰਾਤ ਨੂੰ ਮੱਸੀਆ ਗੁਰਦਵਾਨ ਹਲ ਮੰਜੀ ਸਾਹਿਬ ਤਰਨਤਾਰਨ ਸਾਹਿਬ ਸੋਨੇ ਦੀਆਂ ਦੋ ਟੱਡਾਂ ਅਤੇ ਸੋਨੇ ਦੇ ਸਰੰਗੀ ਦੇ ਗੱਜ ਦੇ ਨਾਲ ਸਨਮਾਨਿਤ ਕੀਤਾ। ਇਹ ਬੜਾ ਮਾਣ ਮਹਿਸੂਸ ਹੁੰਦਾ ਹੈ ਮਹਾਪੁਰਖ ਬਾਬਾ ਅਵਤਾਰ ਸਿੰਘ ਜੀ ਦੇ ਆਸ਼ੀਰਵਾਦ ਸਦਕਾ ਸਾਰਾ ਕੁਝ। ਦੂਜਾ ਜਿਹੜਾ ਸਨਮਾਨ ਆ ਉਹ ਸਾਨੂੰ ਬਹੁਤ ਸਾਰੇ ਟਾਡੀ ਜਥੇ ਸਾਡੇ ਦੇ ਉਹ ਹਰ ਸਾਲ ਕੰਪੀਟੀਸ਼ਨ ਕਰਾਉਂਦੇ ਆ ਅਦਾਰਾ ਪੈਰੇਦਾਰ ਖ਼ਬਰ ਵਾਲੇ ਲੁਧਿਆਣੇ ਜਰ ਸ਼ਹਿਰ ਵਿੱਚ ਤੇ ਹਰ ਸਾਲ ਕਰਵਾਉਂਦੇ ਨੇ ਤੇ ਜਿਹੜਾ ਪਹਿਲੇ ਨੰਬਰ ਤੇ ਢਾਡੀ ਜਿਹਾ ਆਉਂਦਾ ਉਹਨੂੰ 골ਡ ਮੈਡਲ ਨਾਲ ਸਨਮਾਨਿਤ ਕਰਦੇ ਆ ਤੇ ਬਹੁਤ ਸਾਰੇ ਢਾਡੀ ਇੱਥੇ ਚੜ੍ਹਦੀ ਕਲਾ ਵਾਲੇ ਵੱਡੇ ਸਾਡੇ ਤੋਂ ਸਾਰੇ ਸੀਨੀਅਰ ਛੋਟੀ ਉਮਰ ਦੇ ਅਸੀਂ ਕੱਲੇ ਸੀ ਤੇ ਮਹਾਪੁਰਖਾਂ ਦੇ ਆਸ਼ੀਰਵਾਦ ਨਾਲ ਉਥੋਂ ਪਹਿਲਾ ਨੰਬਰ ਆਪਣਾਇਆ ਤੇ ਇੱਕ ਫਰਾਂਸ ਦਾ ਯੂਰਪ ਦਾ ਟੂਰ ਉਹਨਾਂ ਨੇ ਦਿੱਤਾ ਪਹਿਲਾ ਸੋਨੇ ਦਾ 골ਡ ਮੈਡਲ ਨਾਮ ਅਤੇ ਫਰਾਂਸ ਦਾ ਟੂਰ ਤੁਸੀਂ ਫਰਾਂਸ ਵੀ ਜਾ ਕੇ ਆਏ ਹੋ ਨਹੀਂ ਅਜੇ ਜਾ ਕੇ ਨਹੀਂ ਆਏ ਜਾਨ ਦੀ ਤਿਆਰੀ ਸੀ ਸਪான்ਸਰ ਆ ਗਈ ਸੀ ਲਾਕਡਾਊਨ ਲੱਗ ਗਿਆ ਇਸ ਕਰਕੇ ਨਹੀਂ ਕਹਤੇ ਗਏ ਜੇ ਸਪான்ਸਰ ਸਾਡੇ ਕੋਲ ਆ ਜਿਹੜੋਂ ਵੈਗਰੂ ਨੇ ਕਿਰਪਾ ਕੀਤੀ ਉਧਰ ਵੀ ਅਜੇ ਯੂਰਪ ਦੇ ਵਿੱਚ ਸਾਰੇ ਵਿੱਚ ਵੀ ਤੁਹਾਨੂੰ ਪਤਾ ਲਾਕਡਾਊਨ ਲੱਗਾ ਹੋਇਆ ਵਾ ਜਦੋਂ ਕਿਰਪਾ ਮਹਾਰਾਣੀ ਕਰ ਕਰ ਦਿੱਤੀ ਵੀ ਉਹ ਲਾਕਡਾਊਨ ਖੁੱਲ ਗਿਆ ਫਿਰ ਮਾਰਾਂਗੇ ਡਾਰੀਆਂ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਇਸਨ ਭਾਈ ਸਾਹਿਬ ਭਾਈ ਗੁਰਲਾਲ ਸਿੰਘ ਜੀ ਪਿੰਡ ਬੈਂਕਾ ਜ਼ਿਲ੍ਹਾ ਤਰਨਤਾਰਨ ਇਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਬਹੁਤ ਮਾਣ ਮਹਿਸੂਸ ਕਰਦੇ ਹਾਂ ਅਸੀਂ ਵੀ ਕਿ ਅੱਜ ਇਹਨਾਂ ਦੇ ਘਰ ਅਸੀਂ ਆਏ ਔਰ ਇਹਨੇ ਜੋ ਸਾਡੇ ਪੁਰਾਤਨ ਸਾਜ਼ ਗੁਰੂ ਸਾਹਿਬ ਜੀ ਦੇ ਵੱਲੋਂ ਵਜਾਏ ਜਾਂਦੇ ਢਾਡੀ ਸਿੰਘਾਂ ਦੇ ਵੱਲੋਂ ਉਹਨਾਂ ਦੇ ਅਸੀਂ ਵੀ ਦਰਸ਼ਨ ਕਰਕੇ ਬਹੁਤ-ਬਹੁਤ ਮਾਣ ਮਹਿਸੂਸ ਕਰਦੇ ਹਾਂ ਬਹੁਤ-ਬਹੁਤ ਧੰਨਵਾਦ ਆਪ ਜੀ ਦਾ ਜੀ ਫਤਿਹ ਦੀ ਸੰਜ ਪਉਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ